स्वागत, मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरेंद्र पाल सिंह। सरदार साहब, बुलां दी सिकरी ते चेहरियां दी पलत्तण दसदी है कि मामले भारे पै गए। बिल्कुल ठीक है। जदों अमित शाह नाल प्रदेश भाजपा दे लीडर बैठदे आ ते उस तों बाद आके प्रैस नूं दसदे आ कि केंद्र तां गलबात लई राजी आ जी, उह तां किसानां दे हक दी गल करदा है, उह तां इहनां दी सेहत दा फिकर करदा है, उहदी नीयत बड़ी साफ है। हुण किसान आगूआं ने फैसले करने आ ते मैनूं बड़े मासूम लगते हैं। मैनूं उह दिन याद आउंदे आ जदों किसान चाहुंदे सी कि इस मसले ते केंद्र नूं कोई गल कवे जी, केंद्र कहिंदा सी नहीं, असीं तां इस घेराबंदी दे विचों किसान लत्त थले लंघाते जी। अज आप मुहारे जिहड़े वैण ने, इस वैण दे विच राजनीतिक पार्टियां नूं अपनी थां नहीं लभदी पई, सब फसे पए ने, अकल पता ही नहीं, सोचदे ही नहीं वी की करना की नहीं करना, ਜਿੱਦਾਂ ਨਿੰਮੋ ਝੋਣੇ ਜੇ ਨਹੀਂ ਹੋਏ ਹੁੰਦੇ, ਨਿਹੱਥੇ ਜੇ, ਬੇਵਸ। ਅਕਾਲੀ ਦਲ ਆਪਣੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਿਰਫ ਇੰਨਾ ਹੀ ਕਹਿੰਦਾ ਕਿ ਅਸੀਂ ਨਾਲ ਆ, ਲੰਗਰ ਪਾਣੀ ਦਾ ਪ੍ਰਬੰਧ ਕਰਾਂਗੇ, ਸਾਡੀਆਂ ਦੋਵੇਂ ਕਮੇਟੀਆਂ ਨਾਲ ਨੇ। ਹੁਣ ਇਹ ਲੋਕ ਸੋਚਦੇ ਆ ਕਿ ਇਹ ਕਮੇਟੀਆਂ ਤੁਹਾਡੀਆਂ ਥੋੜਾ ਨੇ, ਇਹ ਕਮੇਟੀਆਂ ਤਾਂ ਸੰਗਤ ਦੀਆਂ ਨੇ ਔਰ ਸੰਗਤ ਰਾਹਾਂ 'ਚ ਹੈ ਤੇ ਰਾਹ ਜਿੱਥੇ ਰਾਹ ਬਣਦੇ ਆ ਉੱਥੇ ਸਾਰਾ ਕੁਝ ਸ਼ਾਮਿਲ ਹੋ ਜਾਂਦਾ। ਪਰ ਕਾਰਨ ਹੈ ਨਾ ਵੀ ਉਹਨਾਂ ਨੂੰ ਇਸ ਰਾਹ 'ਚੋਂ ਰਾਹ ਨਹੀਂ ਨਾ ਲੱਭਣ ਡਿਆ। ਸਰਦਾਰ ਜੀ, ਉਹ ਲੋਕ ਜਿਹੜੇ ਆਪ ਲੰਗਰ ਬਣਾ ਕੇ ਦੂਜਿਆਂ ਨੂੰ ਛਕਾ ਰਹੇ ਜੀ, ਹਰਿਆਣੇ ਵਾਲਿਆਂ ਨੂੰ ਛਕਾ ਰਹੇ, ਜਿਹੜੇ ਉਹਨਾਂ ਨੂੰ ਡਾਂਗਾਂ ਨਾਲ ਲਤਾੜਦੇ ਉਹਨਾਂ ਨੂੰ ਵੀ ਲੰਗਰ ਛਕਾਉਣ ਡਏ। ਹੁਣ ਕੇਂਦਰ ਕਹਿੰਦਾ ਗੱਲਬਾਤ ਲਈ ਆਓ, ਪੰਜਾਬ ਦੇ ਕਿਸਾਨ ਮੀਟਿੰਗ ਤੋਂ ਬਾਅਦ ਫੈਸਲਾ ਕਰਦੇ ਆ ਕਿ ਅਸੀਂ ਇੱਥੇ ਰੁਕਾਂਗੇ, ਦੂਜੇ ਬੰਨੇ ਯੂਪੀ ਬਾਰਡਰ ਤੇ, ਗਾਜ਼ੀਆਬਾਦ ਬਾਰਡਰ ਤੇ ਔਰ ਹੋਰ ਵੀ ਸਾਰੇ ਥਾਵਾਂ ਤੇ ਜੀ, ਉਹ ਕਿਸਾਨ ਭਾਵੇਂ ਗਿਣਤੀ 'ਚ ਘੱਟ ਹੋਣ ਲੇਕਿਨ ਉਹਨਾਂ ਹਾਜ਼ਰੀ ਦਰਜ ਕਰਾਤੀ ਹੈ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਨਾਲ ਗੱਲ ਨਾ ਕਰੋ ਜੀ, ਅਸੀਂ ਵੀ ਨਾਲ ਹਾਂ। ਬਿਲਕੁਲ ਸਹੀ। ਲੇਕਿਨ ਇਸ ਤੋਂ ਵੀ ਅਗਲੀ ਗੱਲ ਸਰਦਾਰ ਸਾਹਿਬ ਕਿ ਉਹ ਜਿਹੜੀ ਗੱਲ ਸੌਖਿਆਂ ਛੁੱਟ ਜਾਣੀ ਸੀ ਜੀ, ਕੁਝ ਥੋੜਾ ਲੈ ਦੇ ਕੇ ਗੱਲ ਬਣਨੀ ਸੀ ਜੀ, ਹੁਣ ਅਗਲੇ ਕਹਿੰਦੇ ਇੱਦਾਂ ਨਹੀਂ ਬਈ, ਹੁਣ ਤਾਂ ਮੂਲੋਂ ਰੱਦ ਕਰਕੇ ਆਓ, ਬਿਲਕੁਲ ਕਾਨੂੰਨ ਰੱਦ ਕਰੋ ਫਿਰ ਗੱਲ ਕਰੋ, ਕੱਲ੍ਹ ਨੂੰ ਕੀ ਹਾਲਾਤ ਬਣਦੇ ਆ ਗੱਲ ਵੱਖਰੀ। ਲੇਕਿਨ ਅੱਜ ਦੇ ਵਹਿਣ ਦੇ ਵਿੱਚ ਸਾਰੇ ਲੋਕ, ਇੱਕ ਬੜੀ ਪਿਆਰੀ ਗੱਲ ਕਿ ਸਾਡੇ ਜਿਹੜੇ ਸਿੰਗਰ, ਸਾਡੇ ਜਿਹੜੇ ਬਾਕੀ ਸਮਾਜ ਸੇਵੀ ਜਦੋਂ ਜਾ ਕੇ ਮੇਨ ਸਟੇਜ ਦੇ ਉੱਤੇ ਜਾਣਾ ਚਾਹੁੰਦੇ ਆ ਤੇ ਅਗਲੇ ਨਿਮਰਤਾ ਨਾਲ ਕਹਿੰਦੇ ਆ ਕਿ ਭਾਈ ਆਓ, ਸਮਰਥਨ ਦਿਓ, ਬਿਲਕੁਲ, ਲੇਕਿਨ ਸਟੇਜ ਕੈਪਚਰ ਨਾ ਕਰੋ। ਬਿਲਕੁਲ ਸਹੀ ਗੱਲ। ਇਹ ਡਿਸਿਪਲਨ, ਇਹ ਬੜਾ ਚੰਗਾ ਲੱਗਿਆ ਜਿਸ ਮੂਵਮੈਂਟ ਨੂੰ ਪੰਜਾਬੀ ਦੇਰ ਤੋਂ ਤੰਗਦੇ ਸੀ ਕਿ ਪੰਜਾਬ 'ਚ ਉਬਾਲ ਆਵੇ। ਲੇਕਿਨ ਮੈਨੂੰ ਕਦੇ ਕਦੇ ਇਹ ਉਸ ਨਸਾਰੂ ਬੂਟੇ ਵਾਂਗ ਵੀ ਲੱਗਣ ਲੱਗਦਾ ਹੈ। ਵੱਖਰੀ ਗੱਲ ਹੈ ਕਿ ਜੇ ਕਿਸਾਨੀ ਨਹੀਂ ਤੇ ਪੰਜਾਬ ਨਹੀਂ, ਜੇ ਕਿਸਾਨੀ ਨਹੀਂ ਤੇ ਸਾਡੀ ਹੋਂਦ ਨਹੀਂ। ਲੇਕਿਨ ਇਸ ਮੂਵਮੈਂਟ ਦੇ ਨਾਲ ਨਾਲ ਐਸਟੈਬਲਿਸ਼ਮੈਂਟ ਨੂੰ ਜੜੋਂ ਉਖਾੜ ਕੇ ਸੁੱਟ ਕੇ ਇੱਕ ਨਵੀਂ ਵਿਵਸਥਾ ਦੇਣੀ, ਉਹ ਵੀ ਕਿਸਾਨੀ ਲਈ ਬੜੀ ਜ਼ਰੂਰੀ। ਸਹੀ ਗੱਲ। ਅੱਜ ਇਹ ਸਮੇਂ ਤੋਂ ਪਹਿਲਾਂ ਦਾ ਉਬਾਲ ਵੀ ਕਈ ਵਾਰੀ ਮੰਨ ਲੈਂਦੇ ਹਾਂ ਕਿ ਜੇ ਪੰਜਾਬ ਇੰਨਾ ਬਲਿਆ ਸੀ, ਪੰਜਾਬੀ ਅੰਦਰੋਂ ਇੰਨੇ ਸਤੇ ਹੋਏ ਸੀ ਕਿ ਇੱਕ ਜ਼ਿਆਦਤੀ ਦੇ ਉੱਤੇ, ਇੱਕ ਜ਼ਿਆਦਤੀ ਜਿਹੜੀ ਸਮੂਹਕ ਲੱਗੀ ਔਰ ਉੱਤੇ ਲਾਮਬੰਦੀ ਹੋਈ, ਉਹਦੇ 'ਤੇ ਚੇਤਨਾ ਫੈਲੀ, ਉਸ ਤੋਂ ਬਾਅਦ ਇਕੱਠੇ ਹੋ ਗਏ ਔਰ ਸਿੱਧੇ ਹੋ ਕੇ ਤੁਰ ਪਏ, ਕੋਈ ਪਛਾਣ ਨਹੀਂ ਮੁੜਿਆ ਤੇ ਅੱਜ ਤੱਕ ਵੀ ਉੱਥੇ ਡੇਰੇ ਲਾ ਕੇ ਬੈਠੇ ਜੀ। ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਜਿਹੜੇ 2-3 ਦਿਨ ਤੋਂ ਉੱਥੇ ਹੀ ਸੀਗੇ ਜੀ, ਲੇਕਿਨ ਅਚਨਚੇਤ ਉਹਨਾਂ ਦਾ ਵਿਰੋਧ ਕਰਨ ਲੱਗ ਜਾਂਦੇ ਲੋਕ ਜੀ। ਸੋ ਇਹ ਉਹ ਆਪ ਮੁਹਾਰਾ ਵੇਗ ਆ, ਭਾਵੇਂ ਕਿ ਔਜਲਾ ਵੀ ਕਿਸਾਨ ਬਣ ਕੇ ਗਏ ਸੀ, ਉਹਨਾਂ ਨਾਲ ਕੋਈ ਗਨਮੈਨ ਨਹੀਂ ਸੀ, ਕੁਛ ਨਹੀਂ ਸੀ, ਲੇਕਿਨ ਲੋਕ ਪ੍ਰਵਾਨ ਨਹੀਂ ਕਰ ਰਹੇ ਕਿ ਕਿਸੇ ਵਿਚਾਰਧਾਰਾ, ਕਿਸੇ ਧਿਰ ਨਾਲ ਜੁੜਿਆ ਬੰਦਾ ਸਾਡੇ ਲਾਗੇ ਵੀ ਖਲੋ ਜੇ। ਦੇਖੋ, ਗੱਲ ਤੇ ਉਹਨਾਂ ਦਾ ਵਿਰੋਧ ਵੀ ਸਹੀ ਹੈ ਕਿ ਜਦੋਂ ਸੁਰਜੀਤ ਕੁਮਾਰ ਜਿਆਣੀ ਵਰਗੇ ਜਿਹੜੇ ਭਾਜਪਾ ਆਗੂ ਨੇ, ਉਹ ਇੱਕ ਪਾਸੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ 350 ਏਕੜ ਜ਼ਮੀਨ ਦੇ ਮਾਲਕ ਨੇ ਜੀ, ਖੁਦ ਕਿਸਾਨ ਨੇ, ਖੇਤੀਬਾੜੀ ਆਪ ਕਰਦੇ ਨੇ। ਲੇਕਿਨ ਜਦੋਂ ਇਹੋ ਜਿਹੇ ਲੋਕ, ਜਦੋਂ ਪੰਜਾਬ ਦੇ ਵਿੱਚ ਕਿਸਾਨੀ ਲਹਿਰ ਉੱਠੀ ਸੀ, ਉਸ ਵੇਲੇ ਜਿਹਨੂੰ ਕਹਿੰਦੇ ਨਾ ਸਹੀ ਭੂਮਿਕਾ ਨਿਭਾ ਸਕਦੇ ਸੀ ਜੀ, ਉਦੋਂ ਇਹਨਾਂ ਨੇ ਕਿਹਾ ਕਿ ਜੋ ਵੱਡੇ ਕਹਿੰਦੇ ਨੇ ਬਿਲਕੁਲ ਸਹੀ ਹੈ, ਅਸੀਂ ਤੁਹਾਡਾ ਵਿਰੋਧ ਕਰ ਸਕਦੇ, ਉਹਨਾਂ ਦਾ ਨਹੀਂ। ਅੱਜ ਹਾਲਾਤ ਇਹ ਨੇ ਕਿ ਜੇ ਤਾਂ ਤੁਸੀਂ ਇਹ ਕਹੋ ਕਿ ਪੰਜਾਬ ਜਿਹੜਾ, ਪੰਜਾਬ ਦੀ ਭਾਜਪਾ ਜਿਹੜੀ ਆ, ਉਹ ਇਸ ਸਮੱਸਿਆ ਨੂੰ ਨਹੀਂ ਸਮਝ ਸਕੀ, ਤਾਂ ਮੇਰੀ ਤਾਂ ਸਾਫ਼ ਜੀ ਰਾਏ ਆ ਕਿ ਕੇਂਦਰ ਨੇ ਵੀ ਕਿਹੜਾ ਸਮਝ ਲਿਆ। ਸਰਦਾਰ ਜੀ, ਇੱਕ ਚੀਜ਼ ਧਿਆਨ ਨਾਲ ਸਮਝੋ ਕਿ ਕੀ ਬੀਜੇਪੀ ਪੰਜਾਬ ਦੇ ਆਗੂ ਜੀ, ਉਹਨਾਂ ਦੇ ਉੱਤੇ ਸੁਣਵਾਈ ਕਿੰਨੀ ਕੁ ਸੀ? ਮੈਨੂੰ ਤਾਂ ਕਦੇ ਕਦੇ ਇੰਝ ਲੱਗਦਾ ਕਿ ਸੁਣਵਾਈ ਹੋਣੀ ਤੇ ਵੱਖਰੀ ਗੱਲ ਆ, ਇਹਨਾਂ ਨੂੰ ਸੁਣਨ ਲਈ ਕਿਸੇ ਨੇ ਸਮਾਂ ਵੀ ਨਹੀਂ ਦਿੱਤਾ, ਸਮਾਂ ਹੀ ਨਹੀਂ ਦਿੱਤਾ। ਬੀਜੇਪੀ ਦੀ ਜਿਹੜੀ ਪ੍ਰਦੇਸ਼ ਇਕਾਈ ਆ, ਇਹਨਾਂ ਲੋਕਾਂ ਨੂੰ ਕਦੇ ਸਮਝਿਆ ਹੀ ਨਹੀਂ ਗਿਆ, ਔਰ ਇਹਨਾਂ ਨੂੰ ਉੱਪਰੋਂ ਟਾਈਮ ਲੈਣੇ ਤੇ ਦੂਰ ਦੀ ਗੱਲ ਆ, ਕਦੇ ਅੱਜ ਤੱਕ ਜੋ ਮੈਂ ਮਹਿਸੂਸ ਕਰਦਾ ਜੀ, ਔਰ
ਉਹੀ ਗੈਪ ਜਿਹੜਾ ਸੀ ਕਿ ਉੱਪਰਲੇ ਸਮੇਂ ਦੇ ਸੀ ਅਸੀਂ ਬੜੇ ਸਿਆਣੇ, ਸਾਡੀ ਸਮਝ ਬੜੀ ਅਗਾਂਹ ਦੀ ਹੈ, ਇਹ ਕਿਹੜੇ ਇਹ ਮੂਵਮੈਂਟ ਕੀ ਹੁੰਦੀਆਂ ਜੀ? ਅਸੀਂ ਤਾਂ ਬੜੇ ਬੜੇ ਬਿਠਾਤੇ, ਡਰਾਤੇ, ਬਿਲਕੁਲ, ਔਰ 6 ਸਾਲਾਂ 'ਚ ਜਿਹੜੇ ਫੈਸਲੇ ਹੋਏ ਕੋਈ ਕੁਸਕਿਆ ਨਹੀਂ, ਕਾਂਗਰਸ ਵਰਗੀ ਪਾਰਟੀ ਦੇ ਵਿਰੋਧ ਵੀ ਐਵੇਂ ਖਾਨਾ ਪੂਰਤੀ ਰਹੇ, ਲੇਕਿਨ ਉਹਨਾਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਸੀ ਜੋ ਵਾਪਰਿਆ, ਕਿਸੇ ਨੇ ਕਿਆਸ ਵੀ ਨਹੀਂ ਕੀਤਾ। ਔਰ ਸੱਚੀ ਗੱਲ ਮੈਨੂੰ ਜੋ ਲੱਗਦਾ, ਅਸੀਂ ਇਹ 1.5 ਸਾਲ ਤੋਂ ਇਸ ਗੱਲ 'ਚ ਲੱਗੇ ਹੋਏ ਹਾਂ ਕਿ ਬਦਲਾਅ ਆਵੇ, ਸਾਡੇ ਸਮਾਜਿਕ ਵਿਵਸਥਾ ਦੇ ਵਿੱਚ ਕੁਝ ਚੇਂਜ ਆਵੇ, ਪੋਲੀਟੀਕਲ ਸੈਟਅਪ ਦੇ ਵਿੱਚ ਨਵੇਂ ਚਿਹਰੇ ਆਉਣ, ਇਮਾਨਦਾਰ ਸਿਆਸਤ ਹੋਵੇ, ਲੇਕਿਨ ਹਿਲਜੁਲ ਨਹੀਂ ਸੀ ਹੁੰਦੀ। ਨਿਰਾਸ਼ਾ ਹੁੰਦੀ ਸੀ ਕਿਤੇ ਕਿਤੇ ਕਿ ਪੰਜਾਬ ਦੇ ਲੋਕ ਦਿਨ ਕੱਟੀ ਕਰਨ ਲੱਗ ਗਏ, ਇਹਨਾਂ ਨੇ ਭਾਣਾ ਮੰਨ ਲਿਆ, ਬਿਲਕੁਲ, ਲੇਕਿਨ ਕਿਸੇ ਨੂੰ ਉਮੀਦ ਨਹੀਂ ਸੀ। ਜਿਹੜੀਆਂ ਸਿਆਸੀ ਧਿਰਾਂ ਪੰਜਾਬ ਦੇ ਦ੍ਰਿਸ਼ ਦੇ ਵਿੱਚ ਕਾਬਜ ਨੇ, ਇਸ ਵੇਲੇ ਕਾਂਗਰਸ ਦਾ ਚੀਫ ਮਿਨਿਸਟਰ ਉਹ ਵੀ ਦੁਬਦਾ ਦਾ ਸ਼ਿਕਾਰ, ਕਿਤੇ ਉਹ ਅਮਿਤ ਸ਼ਾਹ ਦੀ ਸਮਰਥਨ ਕਰਦਾ ਨਜ਼ਰ ਆਉਂਦਾ, ਕਿਤੇ ਉਹ ਕਿਸਾਨਾਂ ਲਈ ਲੜਦਾ ਨਜ਼ਰ ਆਉਂਦਾ। ਸੋ ਇਹ ਦੁਬਦਾਵਾਂ ਨੇ ਸਮਝ ਨਹੀਂ ਆ ਰਹੀ ਕਿ ਵਾਪਰ ਕੀ ਰਿਹਾ, ਇਹਦਾ ਅਗਲਾ ਸਰੂਪ ਕਿਹੋ ਜਿਹਾ ਆਊਗਾ, ਇਹਦਾ ਜਿਹੜਾ ਰਿਐਕਸ਼ਨ ਆ ਪੰਜਾਬ ਦੇ ਵਿੱਚ ਮੁੜ ਕੇ ਕਿਹੋ ਜਿਹਾ ਹੋਊਗਾ ਜਦੋਂ ਇਹ ਮੂਵਮੈਂਟ ਖਤਮ ਹੋ ਜਾਂਦੀ ਹੈ ਕਿਸੇ ਪ੍ਰਾਪਤੀ ਨਾਲ, ਜਾਂ ਜੋ ਵੀ ਇਹਦਾ ਰਿਜ਼ਲਟ ਹੁੰਦਾ, ਉਸ ਤੋਂ ਬਾਅਦ ਪੰਜਾਬ ਦਾ ਮਾਹੌਲ ਕਿਹੋ ਜਿਹਾ ਹੋਊਗਾ, ਲੋਕ ਕਿਸ ਦਿਸ਼ਾ ਨੂੰ ਜਾਣਗੇ, ਫਿਰ ਉਹ ਆਪਣੀਆਂ ਜਿਹੜੀਆਂ ਅਸਟੈਬਲਿਸ਼ ਪਾਰਟੀਆਂ, ਪੋਲੀਟੀਕਲ ਪਾਰਟੀਆਂ ਨੇ, ਉਹਨਾਂ 'ਚ ਪਰਤ ਜਾਣਗੇ, ਜਾਂ ਕੋਈ ਨਵਾਂ ਚਿਹਰਾ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ। ਸਭ ਤੋਂ ਵੱਡਾ ਸਵਾਲ ਇਹ ਆ ਕਿ ਇਸ ਸਰੂਪ ਨੂੰ ਕਿਸੇ ਨੇ ਕਿਆਸਿਆ ਨਹੀਂ ਸੀ, ਕਿਸੇ ਨੇ ਕਲਪਿਆ ਨਹੀਂ ਸੀ, ਜੇ ਇਹ ਸਰੂਪ ਹੁਣ ਬਣ ਗਿਆ। ਦੇਖੋ, ਦਿੱਲੀ ਦੇ ਰਾਹਾਂ ਦੇ ਵਿੱਚ ਸਰਦਾਰ ਸਾਹਿਬ, ਜੇ ਅੱਜ ਇਹ ਐਲਾਨ ਹੋਇਆ, ਅੱਜ ਜਦੋਂ ਅਮਿਤ ਸ਼ਾਹ ਦੇ ਸੱਦੇ 'ਤੇ ਰਿਐਕਟ ਕਰਨਾ ਸੀ ਕਿਸਾਨ ਜਥੇਬੰਦੀਆਂ ਨੇ, ਉਹਨਾਂ ਲੰਬੀ ਮੀਟਿੰਗ ਤੋਂ ਬਾਅਦ ਇਹ ਕਿਹਾ ਕਿ ਅਸੀਂ ਦਿੱਲੀ ਘੇਰਾਂਗੇ, ਅਸੀਂ ਬਾਕੀ ਬਾਰਡਰ ਵੀ ਸੀਲ ਕਰਾਂਗੇ। ਦਿੱਲੀ ਦੀ ਘੇਰਾਬੰਦੀ ਦਾ ਜ਼ਿਕਰ ਕਰਦਿਆਂ, ਰਸਤੇ ਰੋਕਣ ਦੀ ਗੱਲ ਕਰਦਿਆਂ, ਕਿਸਾਨ ਉਸ ਪੈਂਤੜੇ 'ਤੇ ਆ ਗਏ ਜਿਸ ਪੈਂਤੜੇ 'ਤੇ ਕੇਂਦਰ 1.5 ਮਹੀਨੇ ਤੋਂ ਸੀ। ਹੁਣ ਦੇਖੋ, ਕਈ ਵਾਰੀ ਕੀ ਹੁੰਦਾ ਕਿ ਜਿਹੜਾ ਬਹੁਤ ਤਾਕਤਵਰ ਹੁੰਦਾ ਉਹਨੂੰ ਆਪਣਾ ਫੈਸਲਾ ਉਲਟ ਪੈ ਜਾਂਦਾ। ਇਹ ਫੈਸਲਾ ਲੈਣ ਲੱਗਿਆਂ ਕਿ ਅਸੀਂ ਦਿੱਲੀ ਘੇਰਾਂਗੇ, ਅਸੀਂ ਦਿੱਲੀ 'ਚ ਦਾਖਲ ਨਹੀਂ ਹੋਵਾਂਗੇ, ਦਿੱਲੀ ਦੀ ਘੇਰਾਬੰਦੀ ਕਰਾਂਗੇ, ਉਦੋਂ ਕਿਹੋ ਜਿਹੇ ਵਿਚਾਰ ਆਏ ਹੋਣਗੇ? ਕਿਉਂਕਿ 29-30 ਜਥੇਬੰਦੀਆਂ 'ਚ ਤਰ੍ਹਾਂ ਤਰ੍ਹਾਂ ਦੇ ਵਿਚਾਰ, ਲੇਕਿਨ ਜਦੋਂ ਗੱਲਬਾਤ ਹੋ ਰਹੀ ਹੋਏਗੀ ਮਾਹੌਲ ਕਿਹੋ ਜਿਹਾ ਹੋਏਗਾ। ਲੇਕਿਨ ਉਸ ਤੋਂ ਬਾਅਦ ਤਿੰਨ ਅਹਿਮ ਚਿਹਰੇ ਗਵਰਨਮੈਂਟ ਨਾਲ ਗੱਲ ਕਰਨ ਲਈ ਨੋਮੀਨੇਟ ਕਰਤੇ ਜਾਂਦੇ, ਨਾਮਜ਼ਦ ਕਰਤੇ ਜਾਂਦੇ ਆ, ਜਿਹਨਾਂ ਦੇ ਵਿੱਚ ਰਾਜੇਵਾਲ ਵੀ ਹੈ, ਡਾਕਟਰ ਦਰਸ਼ਨਪਾਲ ਵੀ ਹੈ, ਔਰ ਇੱਕ ਹੋਰ ਸੱਜਣ ਨੇ, ਉਹਨਾਂ ਨਾਲ ਅਮਿਤ ਸ਼ਾਹ ਗੱਲ ਕਰਦੇ ਆ। ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਆਗੂਆਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਤਿੰਨਾਂ ਆਗੂਆਂ ਨਾਲ ਗੱਲ ਕਰਦੇ ਆ, ਉਹਨਾਂ ਨੂੰ ਰਿਕੁਐਸਟ ਕਰਦੇ ਆ ਕਿ ਤੁਸੀਂ ਸੜਕਾਂ ਖਾਲੀ ਕਰ ਦਿਓ, ਸਾਨੂੰ ਤੁਹਾਡੀ ਸਿਹਤ ਦਾ ਫਿਕਰ, ਸਾਨੂੰ ਤੁਹਾਡੇ ਰਹਿਣ ਸਹਿਣ ਮੌਕੇ ਖਾਣ ਪੀਣ ਦਾ ਫਿਕਰ ਹੈ, ਤੁਸੀਂ ਬਰਾੜੀ 'ਚ ਆ ਜਾਓ, ਉੱਥੇ ਟਰਾਲੀਆਂ ਵੀ ਲਿਆਓ। ਉਹ ਕਹਿੰਦੇ ਲਿਆਓ, ਲਿਖ ਕੇ ਦਿਓ ਸਾਨੂੰ, ਜੋ ਵੀ ਕਹਿਣਾ ਕਿਸਾਨ ਆਗੂ ਕਹਿੰਦੇ ਲਿਖ ਕੇ ਦਿਓ, ਲਿਖਤੀ ਪ੍ਰਪੋਜ਼ਲ ਵੀ ਆ ਰਹੀ ਹੈ ਜੋ ਵੀ, ਕਿਉਂਕਿ ਜੇਕਰ ਤੁਹਾਨੂੰ ਖੁੱਲ੍ਹਾ ਲਾਂਘਾ ਦੇ ਰਹੇ, ਇਹਦਾ ਮਤਲਬ ਜਿਹੜੇ ਕੇਸ ਦਰਜ ਹੋਏ ਆ ਉਹ ਵਾਪਸ ਹੋਣੇ। ਬਿਲਕੁਲ, ਸਵਾਲ ਇਹ ਆ ਕਿ ਜਦੋਂ ਸਰਕਾਰ ਕਿਸੇ ਅੰਦੋਲਨ ਨੂੰ ਮੰਨ ਲੈਂਦੀ ਹੈ ਤੇ ਉਹਨੂੰ ਸੇਫ ਜਗ੍ਹਾ ਦੇ ਦਿੰਦੀ, ਇਹਦਾ ਮਤਲਬ ਹੈ ਕਿ ਉਹ ਲਿਖਤੀ ਰੂਪ ਦੇ ਵਿੱਚ ਜੋ ਆਈ ਗੱਲ ਆ ਉਹਨੂੰ ਕੱਲ ਨੂੰ ਕੋਰਟ 'ਚ ਲੈ ਕੇ ਜਾਇਆ ਜਾ ਸਕਦਾ। ਵੱਡਾ ਸਵਾਲ ਹੈ ਕਿ ਕਿਸਾਨ ਜਥੇਬੰਦੀਆਂ ਦੇ ਇਹਨਾਂ ਆਗੂਆਂ ਨੇ ਉਹਨਾਂ ਕੋਲੋਂ ਲਿਖਤੀ ਭਰੋਸਾ ਮੰਗਿਆ। ਦੂਜੀ ਗੱਲ, ਉਹ ਕਹਿੰਦੇ ਜੀ ਸਾਨੂੰ ਜਦੋਂ ਤੁਸੀਂ ਕਹੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਤਿੰਨਾਂ ਨੁਮਾਇੰਦਿਆਂ ਤੋਂ ਇਲਾਵਾ ਉਗਰਾਹਾਂ ਵਾਲੀ ਤੁਹਾਡੇ ਨਾਲ ਵੀ ਅਮਿਤ ਸ਼ਾਹ ਦੀ ਗੱਲ ਹੋਈ ਹੈ, ਲੇਕਿਨ ਹੁਣ ਗੱਲ ਕਰਨ ਲੱਗਿਆਂ, ਜਦੋਂ ਪਹਿਲਾਂ ਤੁਹਾਡੀ ਲੱਤ ਉੱਤੇ ਸੀ, ਕਿਸਾਨ ਚੱਲ ਕੇ ਦਿੱਲੀ ਆਏ ਸੀ, ਬਿਲਕੁਲ, ਉਸ ਦਿਨ ਤੁਸੀਂ ਗੱਲਬਾਤ ਨੂੰ ਉਸ ਪੱਧਰ ਤੱਕ ਨਹੀਂ ਖੜਿਆ, ਕਿਉਂਕਿ ਤੁਸੀਂ ਸੋਚਦੇ ਸੀ ਕਿ ਤੁਸੀਂ ਤਖ਼ਤ ਦੇ ਸਭ ਤੋਂ ਉੱਪਰਲੇ ਸਿਰੇ ਤੇ। ਬਿਲਕੁਲ, ਠੀਕ ਹੈ, ਉਸ ਦਿਨ ਤੇ ਤੁਸੀਂ ਪਹਿਲੀ ਪੌੜੀ ਜਿਹੜੀ ਸੀ ਨਾ ਉਹਨੂੰ ਵੱਢਣ ਦੀ ਕੋਸ਼ਿਸ਼ ਕੀਤੀ, ਤੁਸੀਂ 77 ਪੱਧਰ ਦੀ ਗੱਲਬਾਤ ਕਹਿੰਦੇ ਸੀ, ਹਾਂ, ਤੁਸੀਂ ਬਾਅਦ 'ਚ ਮੰਤਰੀ ਵੀ ਲਿਆਂਦੇ। ਬਿਲਕੁਲ, ਸਵਾਲ ਇਹ ਆ ਕਿ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੀ ਦੂਰ ਅੰਦੇਸ਼ੀ, ਉਹ ਇੱਕ ਵਧੀਆ ਫੈਸਲੇ ਲੈ ਰਹੀ ਆ, ਚੰਗਾ ਲੱਗ ਰਿਹਾ, ਕਾਲ ਕੋਈ ਨਹੀਂ ਗੀ, ਔਰ ਜਿਹੜੇ ਜਾ ਕੇ ਇੱਧਰਲੇ ਬੰਨੇ ਸਿੰਘੂ ਬਾਰਡਰ ਤੇ ਬੈਠੇ ਨੇ ਉਹ ਕਿਸਾਨ ਵੀ ਡਿਸਿਪਲਿਨ ਨੇ, ਸਾਰੇ ਬਹਿ ਗਏ ਨੇ, ਹੁਣ ਸਟੇਜ ਲੱਗੀ ਆ, ਲੋਕ ਸੁਣ ਰਹੇ ਆ, ਲੇਕਿਨ ਇੱਕਾ ਦੁੱਕਾ ਗੱਲਾਂ ਅਜੇ ਵੀ ਕੁਝ ਅਜੀਬ ਤਰ੍ਹਾਂ ਦੀਆਂ ਹੁੰਦੀਆਂ। ਜਦੋਂ ਦੀਪ ਸਿੱਧੂ ਬਰਖਾ ਦੱਤ ਨੂੰ ਇੰਟਰਵਿਊ ਦਿੰਦੇ ਆ ਤੇ ਜਦੋਂ ਉਹ ਗੱਲਾਂ ਕੁਛ ਹੋਰ ਕਰਦੇ ਆ, ਜ਼ਿਆਦਾ ਸਮਝ ਵਾਲੀਆਂ, ਸਿਆਣਪ ਵਾਲੀਆਂ, ਜਦੋਂ ਗੱਲ ਜਿਹੜੀ ਸਿਧਾਂਤਕ ਮਸਲਿਆਂ 'ਤੇ ਆਉਂਦੀ ਹੈ, ਜਦੋਂ ਗੱਲ ਉੱਪਰਲੇ ਲੈਵਲ 'ਤੇ ਚਲੇ ਜਾਂਦੀ, ਉਦੋਂ ਥੱਲੇ ਦੇ ਨੁਕਤਿਆਂ ਨਾਲ ਉੱਪਰਲੇ ਨੁਕਤੇ ਅਗਲੇ ਜੋੜ ਲੈਂਦੇ, ਉਹਨਾਂ ਨੂੰ ਮੌਕਾ ਮਿਲ ਜਾਂਦਾ, ਕਿਉਂਕਿ ਦੀਪ ਸਿੱਧੂ ਸਿਆਣਾ ਹੋ ਸਕਦਾ, ਪੜ੍ਹਿਆ ਲਿਖਿਆ ਹੋ ਸਕਦਾ, ਉਹਨੇ ਇਸ ਪੰਜਾਬ ਦੇ ਮਸਲੇ ਨੂੰ ਸਮਝਿਆ ਹੋ ਸਕਦਾ, ਉਹਨੇ ਗਰਮ ਧਰਾਂ ਦੀ ਗੱਲ ਸੁਣੀ ਹੋ ਸਕਦੀ ਹੈ, ਉਹਨੇ
ਬਹੁਤ ਸਾਰੀਆਂ ਕਿਤਾਬਾਂ ਜਾਂ ਕਿਤਾਬਾਂ ਲਿਖਣ ਵਾਲਿਆਂ ਦੀ ਗੱਲ ਸੁਣੀ ਹੋ ਸਕਦੀ, ਲੇਕਿਨ ਕੀ ਇਸ ਮੌਕੇ ਤੇ ਜਦੋਂ ਧਾਰਾ ਫਾਈਨਲ ਹੋ ਗਈ ਕਿਸਾਨੀ ਦੀ ਜੀ, ਸੰਘਰਸ਼ ਦੀ ਰੂਪ ਰੇਖਾ ਫਾਈਨਲ ਹੋ ਗਈ, ਉਦੋਂ ਤੁਸੀਂ ਇੱਕ ਹੋਰ ਧਾਰਾ ਨੂੰ ਵਿੱਚ ਕਿਵੇਂ ਜੋੜ ਸਕਦੇ? ਤੁਸੀਂ ਰਲਗੱਡ ਕਰੋਗੇ ਤੇ ਤੁਸੀਂ ਆਪਣੇ ਅਸਲ ਮਕਸਦ ਤੋਂ ਪਿਛਾਂ ਪਰੇ ਹੋ ਜਾਓਗੇ। ਹਾਂ, ਲੇਕਿਨ ਜੇ ਇਸ ਮੌਕੇ ਤੇ ਚੰਗਾ ਹੁੰਦਾ ਕਿ ਅਸੀਂ ਥਾਂ ਥਾਂ ਤੇ ਦੇਖ ਰਹੇ ਹਾਂ, ਕਿਤੇ ਯੋਗਰਾਜ ਸਿੰਘ ਇੰਟਰਵਿਊ ਦੇ ਰਿਹਾ, ਹਾਂ ਕਿਧਰੇ ਕੋਈ ਸਿੰਗਰ ਇੰਟਰਵਿਊ ਦੇ ਰਿਹਾ, ਕਿਧਰੇ ਕੋਈ ਸਪੀਚ ਕਰ ਰਿਹਾ ਉਹਨੂੰ ਚੈਨਲ ਦਿਖਾ ਰਿਹਾ, ਕਿਧਰੇ ਕੋਈ ਗਰਮ ਗੱਲ ਵੀ ਹੋ ਰਹੀ ਹੈ। ਸੋ ਇਹ ਜਿਹੜੀ ਭੜਕਾਹਟ ਆ, ਇਹ ਤੁਹਾਨੂੰ ਤੁਹਾਡੇ ਰਾਹ ਚ ਰੋੜਾ ਹੋਏਗੀ। ਬਿਲਕੁਲ, ਕਿਉਂਕਿ ਜਿਸ ਤਰ੍ਹਾਂ ਉੱਥੇ ਇਹ ਫੈਸਲਾ ਕੀਤਾ ਗਿਆ ਕਿ ਮੰਚ ਦੇ ਉੱਤੇ ਸਿਰਫ ਕਿਸਾਨ ਆਗੂ ਹੀ ਬੋਲਣਗੇ, ਇਸੇ ਤਰ੍ਹਾਂ ਇਹ ਵੀ ਜਾਬਤਾ ਲੱਗ ਜਾਣਾ ਚਾਹੀਦਾ ਕਿ ਜਿਹੜੇ ਵੀ ਕਲਾਕਾਰ ਨਾਲ ਨੇ ਜੀ, ਹਮਦਰਦ ਨਾਲ ਨੇ, ਉਹ ਕਿਸੇ ਨੀਤੀਗਤ ਮਸਲੇ ਦੇ ਉੱਤੇ ਗੱਲ ਨਾ ਕਰਨ। ਬਿਲਕੁਲ ਠੀਕ ਹੈ, ਉਹ ਕਿਸਾਨ ਇਹ ਤੇ ਦਵਾ ਇਹ ਤੇ ਮਜ਼ਬੂਤੀ ਨਾਲ ਕਹਿਣ ਕਿ ਅਸੀਂ ਕਿਸਾਨੀ ਦੇ ਨਾਲ ਆ, ਅਸੀਂ ਆਪਣੇ ਭਰਾਵਾਂ ਦੇ ਨਾਲ ਆ, ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਅਸੀਂ ਕਿਸਾਨ ਦਾ ਭਲਾ ਚਾਹੁੰਦੇ ਹਾਂ, ਲੇਕਿਨ ਇਸ ਲੀਹ ਤੋਂ ਹਟ ਕੇ ਕੋਈ ਬਿਆਨ ਨਾ ਦੇਣ। ਲੇਕਿਨ ਦੂਸਰੀ ਗੱਲ ਜਿਹੜੀ ਸਭ ਤੋਂ ਅਹਿਮ ਹੈ, ਜਦੋਂ ਤੁਸੀਂ ਕੇਂਦਰ ਦੀ ਜਿਹੜੀ ਇਹ ਨੀਤੀ ਆ ਉਹਦੇ ਉੱਤੇ ਗੱਲ ਕਰ ਰਹੇ ਹੋ, ਤਾਂ ਤੁਹਾਨੂੰ ਯਾਦ ਹੈ ਕਿ ਕੁਛ ਦਿਨ ਪਹਿਲਾਂ ਹੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜਿਹੜੀਆਂ ਇਹ ਪਾਰਟੀਆਂ ਪਰਿਵਾਰਵਾਦ 'ਚੋਂ ਪਲ ਗਈਆਂ ਨੇ ਜੀ, ਇਹ ਲੋਕਤੰਤਰ ਦੇ ਖਿਲਾਫ ਨੇ, ਇਹ ਲੋਕਤੰਤਰ ਦੇ ਬਿਲਕੁਲ ਉਲਟ ਨੇ। ਅੱਜ ਮਹਿਸੂਸ ਹੋ ਰਿਹਾ ਕਿ ਜਦੋਂ ਤੁਸੀਂ ਲੋਕਤੰਤਰ ਦੇ ਹੱਕ 'ਚੋਂ ਤੁਸੀਂ ਲੋਕਾਂ ਨੂੰ ਸੁਣਨ ਲਈ ਤਿਆਰ ਰਹੇ ਹੋ, ਔਰ ਦੂਸਰੀ ਗੱਲ ਜਦੋਂ ਤੁਸੀਂ ਇਹ ਸਮਝਾ ਰਹੇ ਹੋ ਸਾਨੂੰ ਕਿ ਤੁਸੀਂ ਇੱਕ ਪਰਿਵਾਰ ਦੀ ਪਾਰਟੀ ਨਹੀਂ ਹੋ, ਤਾਂ ਉਸ ਵੇਲੇ ਤਕਲੀਫ ਹੁੰਦੀ ਹੈ ਕਿ ਜਦੋਂ ਤੁਹਾਡੇ ਆਪਣੇ ਹੀ ਸੂਬੇ ਦੇ ਲੀਡਰਾਂ ਨੂੰ ਤੁਹਾਡੇ ਤੱਕ ਪਹੁੰਚ ਨਹੀਂ ਹੈਗੀ ਜੀ, ਫਿਰ ਕੀ ਉਹ ਕਿਸੇ ਪਰਿਵਾਰ ਦੇ ਨਾਲੋਂ ਘੱਟ ਹੈ? ਆਖਿਰਕਾਰ ਉਹ ਵੀ ਤਾਂ ਚੁਣੇ ਹੋਏ ਨੁਮਾਇੰਦੇ ਨੇ ਨਾ ਲੋਕਾਂ ਦੇ। ਤਾਕਤ ਦਾ ਕੇਂਦਰੀਕਰਨ ਇਸ ਤੋਂ ਜ਼ਿਆਦਾ ਕੀ ਹੋਊਗਾ? ਬਿਲਕੁਲ, ਕਿ ਜਿਹੜਾ ਉੱਪਰਲਾ ਉਹ ਥੱਲਿਆਂ ਨੂੰ ਮੰਨੇ ਨਾ। ਦੇਖੋ ਇੱਕ ਪਾਸੇ ਤੇ ਸੂਬੇ ਜਿਹੜੇ ਨੇ ਉਹ ਵੱਧ ਅਧਿਕਾਰਾਂ ਦੀ ਗੱਲ ਕਰ ਰਹੇ ਨੇ, ਜਿਹਨੂੰ ਇਹ ਖੁਦ ਮੁਖਤਿਆਰੀ ਦੇ ਨਾਂ ਦੇ ਉੱਤੇ ਰੱਦ ਕਰ ਦਿੰਦੇ ਨੇ, ਲੇਕਿਨ ਤੁਹਾਡੀ ਆਪਣੀ ਲੀਡਰਸ਼ਿਪ ਜਦੋਂ ਉਹਨੂੰ ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਗੱਲ ਕਰਨ ਦਾ, ਕਿਸੇ ਦੀ ਸਮਝਣ ਦਾ, ਤੇ ਅਸੀਂ ਤੇ ਕਹਿੰਦੇ ਹਾਂ ਨਾ ਕਿ ਭਾਜਪਾ ਨੇ ਗੱਲ ਹੀ ਨਹੀਂ ਕੀਤੀ ਲੋਕਲ ਜਿਹੜੀ ਲੀਡਰਸ਼ਿਪ ਹੈ, ਮੰਨ ਕੇ ਚੱਲਣਾ ਚਾਹੀਦਾ ਕਿ ਉਹਨਾਂ ਨੂੰ ਅਧਿਕਾਰ ਹੀ ਕੋਈ ਨਹੀਂ ਸੀ ਕਿ ਤੁਸੀਂ ਬੋਲੋ ਹੀ ਨਾ, ਚੁੱਪ ਰਹੋ ਅਸੀਂ ਦੇਖ ਲਾਂਗੇ। ਹੁਣ ਜਦੋਂ ਇਹ ਬਾਕੀ ਰਾਜਾਂ ਦੇ ਜਿਹੜੇ ਕਿਸਾਨ ਨੇ ਉਹ ਕਹਿੰਦੇ ਕਿ ਮਤ ਸੋਚੋ ਕਿ ਤੁਸੀਂ ਜਿਹੜੀ ਸੱਦਾ ਦਿੱਤਾ ਤੁਸੀਂ 3 ਦਸੰਬਰ ਦਾ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਸੀ, ਇਹਨੂੰ ਪੰਜਾਬ ਦਾ ਮਸਲਾ ਨਾ ਮੰਨੋ ਜੀ, ਇਹ ਪੂਰੇ ਦੇਸ਼ ਦਾ ਮਸਲਾ ਜੀ, ਸੂਬਿਆਂ ਦੇ ਨਾਗਲਿਆਂ ਨੇ ਦੱਸਤੇ ਕਿ ਅਸੀਂ ਉੱਥੇ ਵੀ ਲੜ ਰਹੇ ਹਾਂ ਇੱਥੇ ਵੀ ਆ ਰਹੇ ਹਾਂ। ਬਿਲਕੁਲ ਠੀਕ ਹੈ, ਔਰ ਅਗਰ ਇਹ ਕਿਤੇ ਪਹਿਲਾਂ ਫੈਸਲਾ ਸਹੀ ਕੀਤਾ ਹੁੰਦਾ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੀ ਆਲ ਇੰਡੀਆ ਕਿਸਾਨਾਂ ਦੀ ਯੂਨੀਅਨ ਉਹਦੇ ਨਾਲ ਗੱਲ ਕੀਤੀ ਹੁੰਦੀ, ਉਹਨਾਂ ਨੂੰ ਸੱਦਿਆ ਹੁੰਦਾ ਬਿਠਾਇਆ ਹੁੰਦਾ, ਤਾਂ ਫਿਰ ਕਿਤੇ ਮਸਲਾ ਸੁਲਝਾਉਣ ਲਈ ਥੋੜ੍ਹਾ ਸਮਾਂ ਲੱਗਦਾ। ਬਿਲਕੁਲ ਠੀਕ ਹੈ ਸਰਦਾਰ ਸਾਹਿਬ ਕਹਿ ਰਿਹਾ, ਲੇਕਿਨ ਸਭ ਤੋਂ ਵੱਡਾ ਮਸਲਾ ਇਸ ਵੇਲੇ ਹੈ ਕਿ ਕਿੱਥੋਂ ਕਿੱਥੋਂ ਕੀ ਕੀ ਆਵਾਜ਼ਾਂ ਆ ਰਹੀਆਂ ਨੇ। ਅੱਜ ਹਾਲਾਤ ਐਸੇ ਸੀ ਪਿਛਲੇ 4 ਦਿਨ ਤੋਂ ਕਿ ਤੁਸੀਂ ਹਰ 15 ਮਿੰਟ ਬਾਅਦ ਨਵੀਂ ਜਾਣਕਾਰੀ ਮੁਹੱਈਆ ਕਰਾ ਸਕਦੇ ਸੀ, ਸਾਡਾ ਇਹ ਮੰਚ ਲਗਾਤਾਰ ਉਪਲਬਧ ਸੀ, ਅਸੀਂ ਹਰ 15-20 ਮਿੰਟ ਬਾਅਦ ਤੁਹਾਨੂੰ ਕੋਈ ਨਾ ਕੋਈ ਨਵਾਂ ਇਸ਼ੂ ਦੇ ਸਕਦੇ ਸੀ, ਲੇਕਿਨ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਆ, ਸਾਡਾ ਇੱਕ ਅਖਲਾਕੀ ਫਰਜ਼ ਹੈ ਕਿ ਅਸੀਂ ਮਾਈਨਿਊਟਲੀ ਵਾਚ ਤਾਂ ਕਰ ਰਹੇ ਹਾਂ, ਹਰ ਚੀਜ਼ ਨੂੰ ਅਬਜ਼ਰਵ ਕਰ ਰਹੇ ਹਾਂ, ਲੇਕਿਨ ਅਸੀਂ ਕਿਸੇ ਵੀ ਧਿਰ ਦੀ ਏਡੀ ਵੱਡੀ ਫਾਈਟ, ਏਡਾ ਵੱਡਾ ਮੁਹਾਜ ਖੜਾ ਕਰਨ ਤੋਂ ਬਾਅਦ ਉਹਨੂੰ ਕਿਰਾਏ ਨਹੀਂ ਪਾ ਸਕਦੇ। ਹਰ 15 ਮਿੰਟ ਬਾਅਦ ਕਿਸੇ ਵੀ ਲੀਡਰ ਨੂੰ, ਕਿਸੇ ਵੀ ਸਮਾਜਿਕ ਕਾਰਕੁਨ ਨੂੰ, ਕਿਸੇ ਵੀ ਵੱਡੇ ਵਿਦਵਾਨ ਨੂੰ ਲੈਣਾ ਬਹੁਤ ਆਸਾਨ ਹੈ। ਇਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਲਗਭਗ ਉਪਲਬਧ ਨੇ, ਤੁਸੀਂ ਕਿਸੇ ਨੂੰ ਵੀ ਟੈਲੀਫੋਨ 'ਤੇ ਉਹਦੇ ਆਪਣੇ ਸੈੱਲਫੋਨ ਦੇ ਉੱਤੇ ਔਨਲਾਈਨ ਨਾਲ ਲੈ ਸਕਦੇ ਹੋ, ਫੋਨ ਕਾਲ 'ਤੇ ਲੈ ਸਕਦੇ ਹੋ, ਤੁਸੀਂ ਉਹਨਾਂ ਨੂੰ ਉਹਨਾਂ ਵੀਡੀਓ ਰੂਪ 'ਚ ਲੈ ਸਕਦੇ ਹੋ। ਲੇਕਿਨ ਇਹ ਸਭ ਤੋਂ ਆਸਾਨ ਟੀਚਾ ਹੋ ਸਕਦਾ ਕਿਸੇ ਚੈਨਲ ਲਈ, ਕਿਸੇ ਮੰਚ ਲਈ, ਅਸੀਂ ਇਸ ਭੀੜ ਵਿੱਚ, ਇਸ ਦੌੜ ਵਿੱਚ ਇਸ ਕਰਕੇ ਸ਼ਾਮਿਲ ਨਹੀਂ ਹੋਏ, ਮਤਾ ਸਾਡੀ ਕੋਈ ਛੋਟੀ ਜਿਹੀ ਗਲਤੀ ਕਿਸੇ ਬਹੁਤ ਵੱਡੀ ਲਹਿਰ ਦੇ ਵਿੱਚ ਸ਼ੇਕ ਕਰ ਦੇਵੇ। ਅਸੀਂ ਸਿਆਣਪ ਨਾਲੋਂ ਇਹ ਦੇਖਣ ਦੇ ਵਿੱਚ ਜ਼ਿਆਦਾ ਰੋਚਿਤ ਸੀਗੇ ਕਿ ਆਖਰ ਜਿਹੜੇ ਲੋਕ ਏਡੀ ਵੱਡੀ ਲਾਮਬੰਦੀ ਕਰ ਚੁੱਕੇ ਨੇ ਉਹਨਾਂ ਨੂੰ ਅਸੀਂ ਸ਼ੀਸ਼ਾ ਦਿਖਾਉਣ ਵਾਲੇ ਕੌਣ ਆ, ਸਾਡੇ ਲਫ਼ਜ਼ ਬੇਮਾਨੇ ਨੇ, ਜਦੋਂ ਇਹ ਲੋਕ ਸੰਘਰਸ਼ ਲੜ ਰਹੇ ਆ ਅਸੀਂ ਇਹਨਾਂ ਨੂੰ ਬੂਸਟ ਤਾਂ ਕਰ ਸਕਦੇ ਹਾਂ, ਅਸੀਂ ਇਹਨਾਂ ਨੂੰ ਸੁਚੇਤ ਕਰ ਸਕਦੇ ਹਾਂ, ਲੇਕਿਨ ਅਸੀਂ ਇਹਦਾ ਮੁੱਲ ਨਹੀਂ ਵੱਟ ਸਕਦੇ, ਰੂਪ ਭਾਵੇਂ ਕੋਈ ਵੀ ਹੋਵੇ। ਔਰ ਜਿਸ ਤਰੀਕੇ ਨਾਲ ਜਰਨਲਿਜ਼ਮ ਹੋ ਰਹੀ ਆ ਉਹ ਵੀ ਜਰਨਲਿਜ਼ਮ ਸਿਰਫ ਮਤਲਬ ਦੀ ਹੋ ਰਹੀ ਹੈ, ਕਈ ਜਗ੍ਹਾ ਇਹ ਦੇਖ ਕੇ ਡਰ ਆਉਣ ਲੱਗਦਾ ਹੈ ਕਿ ਸਾਹਮਣੇ
माइक के सामने खड़ा बंदा पता नहीं किस सोच तो आया है, भावें अज किसानी दे नाल आ, बेशक 100% इमानदारी नाल किसानी नाल होवे, लेकिन वह केड़ी केड़ी चीज तो प्रभावित होगा, उन्हें केड़ा लिटरेचर पढ़िया, केड़े रसाले पढ़े, केड़ी अखबार पढ़ी, केड़ी स्पीच सुनी आ, कोई गर्म ख्याली कितने प्रभाव मनिया होवे। सो असी बड़ा संजम नाल सहज नाल समझ के तुरदे पए सी कि साडे वल्लों कोई गलती ना होवे, हालांकि इन्हां दिनां दे विच असी मंच नूं डेफिनेटली नुकसान पहुँचाया, असी उस भीड़ का हिस्सा नहीं होए, असी उस तरह के ट्रेंड नूं पासे रख के असी बहुत जगह नज़र भी नहीं आए हो सकते, लेकिन बहुत इतिहासिक मौकियां ते तुहाडी संकोचवी पहुँच बहुत जरूरी हुंदी आ, और यही फर्ज हुंदा, यही जिम्मेवारी हुंदी आ। जिस मुहिम च असी लगे हुए सी वह मुहिम के असर देख रहे हैं, लेकिन सरदार साहब जदों अज इह सारियां परिस्थितियां नूं निहारांगे ते पंजाब हंबड़ा मार के उठिया, अज कोई पिछा मुड़ली नहीं तुरिया, आखिर हुंदा की है कि कोई सियासी रैली देखदे आ और जदों दो चार पांच बुलारे बोल जांदे, अजे मेन बुलारिया ने बोलना हुंदा ते अद्धा पनाल खाली हो जांदा, बिल्कुल लोग उठ के तुर पैंदे आ, स्टेजां तों कहा जांदा बह जाओ, हाँ जी कई तरह के लालच दिते जांदे आ, तुहाडे लई प्रशादा पानी बड़ा सोहना तैयार आ, ये है वो, लेकिन इत्थे कोई किसी वीडियो च ट्राली वापस जांदी नहीं दिखाई, देखो कोई कोई वहीकल पिछे आउंदा नहीं दिखाया, ये कहिंदे आ अखां भर आउंदियां, तकलीफ होनी शुरू हो जांदी आ कि किस मिट्टी दे बणे, ये इतिहास च पैड़ां जा खुल गईआं सारीआं। कारण ते है कि पहला ये आम जो सियासत जिहड़ी सियासत दा सुभाव बन चुका, वह कहिंदे ने कि जे कौंसलर भी खड़े होना ना जी, ते जे जो पैसे कढ़ो जी, अपनियां कुर्सियां उत्थे लवाओ, अपनियां दरियां लवाओ जी, ते फिर अपने बंदिआं नूं पैसे दे के कहो यार घरां चों 10-10 बंदे लैके आओ जी, ये सियासत का सुभाव आ, ये लोकतंत्र का वो क्रूर चेहरा आ जिहड़ा हर वार तकलीफ दिंदा, लेकिन इत्थे की आ कि इत्थे जिहड़ा वर्कर है जिहनूं तुसीं वोटर भी कहोगे, क्योंकि ये लोग 70 साल तो वोटा ही पा रहे ने, इन्हां ने कदे कुछ मंगिया नहीं सी तुहाडे कोलों जी, जे ये मंगदे हुंदे इन्हां ने अपनी किरत वल ध्यान किया, अपने काम वल ध्यान किया, इन्हां नूं जो तुसीं पा दिता इन्हां ने लैके ते घर चले गए, अज उन्होंने शायद पहली बारी मंगया जी, तो हूँ वह कहते हैं कि असी निठ के बैठे हुए हैं, हूँ बोलो केड़ा केड़ा लीडर है, और फिर जेडे लीडर जेडे 10 साल राज कर गए वो 2 घंटे की कोर कमेटी बाद कहते समझ नहीं लगी, चलो अपने को लाओ, फिर उस मोदी के गल च पा दौ जेडे मोदी के नाल असी 10-12 साल आनंद माणिया। लेकिन अज अकाली दल अपने उस फैसले ते कछां वजाउंदा होऊगा जी, जिद्दण हरसिमरत नूं बाहर लिया जी वजारत विचों, जिस दिन अकाली दल NDA छड्डदा है, देखो जो मर्जी है अज दे दिन दे विच जो हालात बने आ, अज BJP दे नाल नजर आउणा NDA दे रूप च बहुत घातक होणा सी, अज घट्टो घट्ट सुखबीर सिंह बादल यह महसूस करदे होणगे कि भी चंगा होया, पुरानी कहावत है ना कि भला होया मेरा चरखा टुटा ते फिर मैं ते ये भी गल कहांगा कि भाजपा नूं सोच लेना चाहिदा सी कि जिद्दने 24 जून नूं सर्व पार्टी मीटिंग च बैठे ही ते बाद च मुकर गए सी, उस तो बाद फिर 25 सितंबर नूं बाद फिर वक्खरी दफली बजा ली ही, ते फिर वो पहले सोच लेंदे भी अमी 1 महीना भी वध कहनूं दित्ता, जिहड़ी पार्टी कहिंदी कि असी हाकम रहे आ, तुहानूं याद होएगा कि प्रकाश सिंह बादल बड़ी वारी कहते सी कि सानू ते सड़क ते तुरी जांदी कीड़ी भी नजर आउंदी आ, ते हुण तां उहनां नूं दिल्ली तक 50-50 किलोमीटर दे काफले ही नहीं दिसे, 4-5 महीने हो गए ने, जून तो शुरू होया सारा, 4-5 महीने च पार्टी यह फैसला नहीं कर सकी, किन्नी वारी कहा कि असीं कुरबानी देण लगे आ, लोग हर वारी तरज करदे ने कि यार कुरबानी का समा तो आ चुका है कदों देनी है, ਜਦੋਂ ਸਿਆਸਤਦਾਨਾਂ ਦਾ ਇਹ ਹਾਲ ਹੋ ਜਾਂਦਾ ਜੀ। ਦੂਸਰੇ ਪਾਸੇ ਤੁਸੀਂ ਗੱਲ ਕੀਤੀ ਸੀ ਗੁਰਜੀਤ ਸਿੰਘ ਔਜਲਾ ਹੋਰਾਂ ਦੀ, ਪੰਜਾਬ ਦੇ ਕਿੰਨੇ ਕਾਂਗਰਸੀ ਵਿਧਾਇਕ ਨੇ ਜੀ, ਸਿਰਫ ਕੱਲ ਵਿਜੇਇੰਦਰ ਸਿੰਗਲਾ ਕਿਤੇ ਕਿਸੇ ਕਿਸਾਨ ਜਥੇਬੰਦੀ ਦੇ ਕੋਲ ਗਏ ਨੇ, ਉੱਥੇ ਲੰਗਰ 'ਚ ਸੇਵਾ ਪਾ ਕੇ ਆਏ ਨੇ ਜੀ, ਚਲੋ ਪਿੰਡ ਦੇ ਹੋਣਗੇ ਇਲਾਕੇ ਦੇ ਹੋਣਗੇ ਪ੍ਰਵਾਨ ਕਰ ਲਿਆ, ਲੇਕਿਨ ਕਿੰਨੇ ਕੁ ਐਸੇ ਲੀਡਰ ਨੇ ਜਿਹੜੇ ਨਾਲ ਤੁਰ ਸਕੇ ਨੇ, ਨਹੀਂ ਸਿਰਫ ਗਿਣਤੀ ਦੇ 4-5, ਦੇਖੋ ਨਹੀਂ ਮੇਰਾ ਖਿਆਲ ਹੈ ਔਜਲਾ ਦੀ ਇੱਕ ਚੀਜ਼ ਤਾਂ ਖੂਬਸੂਰਤ ਲੱਗਦੀ ਹੈ ਕਿ ਉਹ ਜਜ਼ਬਾਤੀ ਬੰਦਾ ਹੈ, ਬਿਲਕੁਲ, ਔਰ ਉਹਨੇ ਉਹ ਜਜ਼ਬਾਤ 'ਚ ਬਹਿ ਕੇ ਸਹੀ ਤੇ ਸਾਥ ਦਿੱਤਾ, ਉਹਦੇ ਪਿੰਡ ਦੇ ਲੋਕ ਗਏ, ਉਹਨੂੰ ਲੱਗਿਆ ਯਾਰ ਮੈਂ ਪਿੱਛੇ ਕਿਉਂ ਰਵਾਂ, ਹਾਂ ਬਿਲਕੁਲ ਸਹੀ ਗੱਲ, ਮੈਨੂੰ ਪਤਾ ਹੈ ਕਿ ਪਾਰਟੀਆਂ ਇਹੋ ਜਿਹੀ ਇਜਾਜ਼ਤ ਨਹੀਂ ਦਿੰਦੀਆਂ, ਲੇਕਿਨ ਕਿਸੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕਿਹਾ ਹੋਣਾ ਕਿ ਔਜਲਾ ਜਾ, ਹਾਂ ਔਜਲਾ ਦੇ ਮਨ 'ਚ ਇਹ ਖਿਆਲ ਆਇਆ ਹੋਊਗਾ ਗਏ, ਲੇਕਿਨ
ਇੱਕ ਸਿਆਣਪ ਕੀਤੀ ਆ, ਜਦੋਂ ਥੋੜਾ ਵਿਰੋਧ ਹੋਇਆ ਪਿਛਾਂ ਮੁੜ ਆਏ। ਅਗਲੀ ਅਗਲੀ ਗੱਲ, ਉਹ ਕਹਿੰਦੇ ਜੀ ਮੈਂ ਟਰਾਲੀ 'ਚ ਜਾ ਕੇ, ਮੈਂ ਟਰਾਲੀ 'ਚ ਬਹਿ ਜਾਂਦਾ। ਸਰਦਾਰ ਸਾਹਿਬ ਇੱਕ ਵੱਡਾ ਸਵਾਲ ਆ ਕਿ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਆਖਦੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ, ਉਹ ਕਹਿੰਦੇ ਕਿ ਇਹ ਜਿਹੜੇ ਕਾਂਗਰਸ ਵਾਲੇ ਤੇ ਅਕਾਲੀਏ ਨਾ, ਇਹਨਾਂ ਨੂੰ ਥੋੜੇ ਦਿਨਾਂ 'ਚ ਪਤਾ ਲੱਗ ਜਾਣਾ ਜੋ ਇਹ ਸੋਚਦੇ ਫਿਰਦੇ ਆ, ਬਾਜੀ ਪਲਟਣ ਵਾਲੀ ਆ। ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਗਰੇਵਾਲ ਸਾਹਿਬ ਨੂੰ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਵਿਰੋਧਤਾ ਹੈ ਪੰਜਾਬ ਦੇ ਵਿੱਚ ਇਸ ਮੁੱਦੇ ਦੇ ਉੱਤੇ, ਸਭ ਤੋਂ ਜ਼ਿਆਦਾ ਜਿਹੜੇ ਤਣਜ ਵੱਜਦੇ ਰਹੇ, ਜਿਹੜੇ ਗੋਲੇ ਜਾਂਦੇ ਨੇ ਵਿਰੋਧਤਾ ਦੇ, ਉਹ ਹਰਜੀਤ ਗਰੇਵਾਲ ਦੇ ਖਿਲਾਫ ਹੀ ਜਾਂਦੇ ਨੇ। ਨਹੀਂ ਨਹੀਂ ਨਹੀਂ, ਹਰਜੀਤ ਸਿੰਘ ਗਰੇਵਾਲ ਦਾ ਪੇਚਾ ਫਸ ਗਿਆ ਪੁਰਾਣੇ ਭਾਈਵਾਲਾ ਨਾਲ। ਅੱਛਾ, ਲੋਕਾਂ ਨਾਲ ਇੱਡਾ ਨਹੀਂ ਸੀ ਫਸਿਆ, ਆਪਸ ਵਿੱਚ ਹੀ ਆ, ਮਤਲਬ ਅਕਾਲੀਆਂ ਨਾਲ ਫਸ ਗਿਆ। ਕੀ ਪਤਾ ਇਹ ਸੋਚਦੇ ਹੋਣਗੇ ਭੱਜ ਕੇ ਅਸੀਂ ਗਾਂਹ ਲੰਘ ਜਾਈਏ, ਗਰੇਵਾਲ ਪਿਛਾੜ ਆ ਜਾਈਏ, ਤੇ ਗਰੇਵਾਲ ਸੋਚਦਾ ਹੋਣਾ ਕਿ ਮੈਂ ਗਾਂਹ ਲੰਘ ਜਾਏ ਪਿਛਾੜ ਆ ਜਾ। ਦੇਖੋ ਗੱਲ ਆ, 2022 ਤੇ ਹਰੇਕ ਨੂੰ ਨਜ਼ਰ ਆਉਂਦੀ ਜੀ ਗਰੇਵਾਲ ਦਾ ਪੇਚਾ, ਜਦੋਂ ਬੰਟੀ ਰਮਾਣੇ ਨਾਲ ਪਿਆ ਤੇ ਗੱਲ ਗਾਲੋ ਗਾਲੀ ਤੱਕ ਹੋਈ, ਅਜੇ ਵੀ ਵੀਡੀਓ ਤੁਰੀਆਂ ਫਿਰਦੀਆਂ। ਲੇਕਿਨ ਹਰਜੀਤ ਸਿੰਘ ਗਰੇਵਾਲ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਜਿਹੜੀ ਗੱਲ ਕਹਿ ਰਿਹਾ ਉਹਦੇ ਡੂੰਘੇ ਅਰਥ ਆ, ਡੂੰਘੇ ਅਰਥ ਇਸ ਕਰਕੇ, ਉਹ ਕਹਿੰਦੇ ਇਹਨਾਂ ਦੇ ਚਾਰ ਲੱਥ ਜਾਣੇ ਤੁਸੀਂ ਵਹਿੰਦੇ ਜਾਓ ਜੀ। ਉਹ ਲਫ਼ਜ਼ ਨੇ ਕਿ ਜਦੋਂ ਇਹ ਦੋਵੇਂ ਪਾਰਟੀਆਂ ਕੱਛਾਂ ਵਜਾ ਰਹੀਆਂ ਕਿ ਬੀਜੇਪੀ ਫਸ ਗਈ ਜੀ, ਉਹ ਕਹਿੰਦੇ ਇਹਨਾਂ ਦੇ ਚਾਹ ਨਹੀਂ ਪੂਰੇ ਹੋਣੇ, ਇਹਦਾ ਮਤਲਬ ਹੈ ਕਿ ਸਿਧਾਂਤਕ ਤੌਰ ਤੇ ਅੰਦਰ ਗੱਲ ਹੋਈ ਆ ਜੀ, ਅੰਦਰ ਅਮਿਤ ਸ਼ਾਹ ਨਾਲ ਇਹ ਗੱਲ ਹੋਈ ਆ, ਕਿਸਾਨਾਂ ਨੂੰ ਮਨਾ ਲਏ ਜਾਣਗੇ। ਇਹ ਇੱਕ ਬੜਾ ਸੰਕੇਤਕ ਆ ਕਿ ਹਰਜੀਤ ਗਰੇਵਾਲ ਹਾਈਕਮਾਂਡ ਨੂੰ ਮਿਲਣ ਤੋਂ ਬਾਅਦ ਹਾਈਕਮਾਂਡ ਦਾ ਰੁੱਖ ਜਾਣ ਕੇ ਬਾਹਰ ਇਹ ਕਹਿ ਰਹੇ ਆ ਕਿ ਗੱਲ ਜਿਹੜੀ ਇਹਦਾ ਮਤਲਬ ਕਿਸੇ ਪੱਧਰ ਤੇ ਅਗਲੇ ਮੰਨਣ ਨੂੰ ਤਿਆਰ ਨੇ ਜੀ। ਹੁਣ ਵੇਖਣਾ ਇਹ ਹੋਊਗਾ ਕਿ ਦਿੱਲੀ ਕਿੰਨੀ ਦੇਰ ਘੇਰਾ ਬਰਦਾਸ਼ਤ ਕਰਦੀ, ਪੰਜਾਬ ਤੇ ਘੇਰਾ ਬਰਦਾਸ਼ਤ ਕਰ ਗਿਆ, ਦਿੱਲੀ ਕਿੰਨੇ ਦਿਨ ਘੇਰਾ ਬਰਦਾਸ਼ਤ ਕਰਦੀ ਹੈ, ਕਿਉਂਕਿ ਹੁਣ ਖਬਰ ਸਰਦਾਰ ਜੀ, ਹੁਣ ਖਬਰ ਇੰਟਰਨੈਸ਼ਨਲ ਬਣ ਰਹੀ ਹੈ, ਹੁਣ ਟਵਿੱਟਰ ਟ੍ਰੈਂਡ ਕਰ ਰਿਹਾ, ਹਾਂ ਹੁਣ ਟਵਿੱਟਰ ਟ੍ਰੈਂਡ ਕਰ ਰਿਹਾ, ਹੁਣ ਇੰਟਰਨੈਸ਼ਨਲ ਲੈਵਲ ਤੇ ਅੰਗਰੇਜ਼ੀ ਦੇ ਵਿੱਚ ਪਟਰ 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 ਗੱਲ ਫ੍ਰੈਂਚ ਭਾਸ਼ਾ 'ਚ। ਹਾਂ, ਔਰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੇ ਹਰਜੀਤ ਸਿੰਘ ਗਰੇਵਾਲ ਨੂੰ ਇਹ ਸਮਝ ਲੱਗ ਗਈ ਕਿ ਆਉਣ ਵਾਲੇ ਦਿਨਾਂ 'ਚ ਕੱਛਾਂ ਵਜਾਉਣ ਵਾਲਿਆਂ ਨੂੰ ਚਾਨਣ ਹੋ ਜਾਏਗਾ, ਅਤੇ ਇਹ ਗੱਲ ਤਾਂ ਅਸੀਂ ਕਿੰਨੇ ਦਿਨਾਂ ਤੋਂ ਕਹਿ ਰਹੇ ਹਾਂ, ਲਗਾਤਾਰ ਅਸੀਂ ਇਹੀ ਕਹਿ ਰਹੇ ਹਾਂ ਨਾ ਕਿ ਭਾਈ ਭਵਿੱਖ ਆਪਣਾ ਸੋਚ ਰਹੇ ਹੋ, ਭਵਿੱਖ ਦਾ ਆਪਣੇ ਭਵਿੱਖ ਦਾ ਸੋਚ ਰਹੇ ਹੋ, ਜੇ ਪੰਜਾਬ ਦਾ ਸੋਚ ਲਓਗੇ, ਪੰਜਾਬ ਦੀ ਜ਼ਮੀਨ ਦੇ ਉੱਤੇ ਮਜ਼ਬੂਤੀ ਨਾਲ ਪੈਰ ਧਰ ਲਵੋਗੇ ਤਾਂ ਫਿਰ ਭਵਿੱਖ ਵੀ ਸੁਰੱਖਿਅਤ ਆ। ਬਿਲਕੁਲ, ਉਸ ਵੇਲੇ ਇਹ ਸਿਆਸੀ ਪਾਰਟੀਆਂ ਕਿਉਂ ਨਹੀਂ ਸੁਣਦੀਆਂ? ਆਖਿਰਕਾਰ ਇਹ ਖਿਆਲ ਹਰਜੀਤ ਸਿੰਘ ਗਰੇਵਾਲ ਨੂੰ ਉਸ ਵੇਲੇ ਆ ਜਾਣਾ ਚਾਹੀਦਾ ਸੀ ਕਿ ਅਸੀਂ ਇਸ ਪੰਜਾਬ ਤੋਂ ਬਾਹਰ ਰਹਿ ਕੇ ਜਾਂ ਇਹਨਾਂ ਲੋਕਾਂ ਦੀਆਂ ਸਮੱਸਿਆ ਨੂੰ ਦਰਕਿਨਾਰ ਕਰਕੇ ਰੱਦੀ ਦੀ ਟੋਕਰੀ ਸੁੱਟ ਸਕੇ, ਆਪ ਸੁੱਖ ਦੀ ਨੀਂਦਰ ਨਹੀਂ ਸੌ ਸਕਦੇ। ਨਹੀਂ 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 ਸਰਦਾਰ ਜੀ, ਫਿਰ ਮੈਂ ਮੁੜਨਾ ਪੈਣਾ ਮੈਨੂੰ ਕਿ ਗਨੀਮਤ ਸੀ ਇਹਨਾਂ ਨੂੰ ਸੁਣ ਲੈਂਦੇ ਬੀਜੇਪੀ ਦੀ। ਦੇਖੋ, ਤੁਹਾਡੇ ਵਰਗਾ ਕੋਈ ਬੰਦਾ ਜਿਹੜਾ ਕਿਸੇ ਮੰਚ 'ਤੇ ਹੈ, ਕੋਈ ਹੋਰ ਵਿਦਵਾਨ ਬੰਦਾ, ਕੋਈ ਦੂਜੀ ਪੋਲੀਟੀਕਲ ਪਾਰਟੀ ਦਾ, ਉਹ ਤੇ ਉੱਪਰ ਲਈ ਬੀਜੇਪੀ ਦੀ ਸਰਕਾਰ ਤੱਕ ਪਹੁੰਚ ਬਣਾ ਸਕਦਾ ਸੀ, ਲੇਕਿਨ ਜਿਹੜੇ ਪ੍ਰਦੇਸ਼ ਦੇ ਆਗੂ ਉਹਨਾਂ ਦੀ ਪਹੁੰਚ ਬਹੁਤ ਘੱਟ ਸੀ, ਇਹ ਮੰਨਣਾ ਪਊ, ਕਿਉਂਕਿ ਉਹ ਇਹਨਾਂ ਨੂੰ ਬਹੁਤ ਹੀ ਤਵੱਜੋ ਨਹੀਂ ਸੀ ਦੇ ਰਹੇ। ਹੁਣ ਪਤਾ ਲੱਗਿਆ, ਨਹੀਂ ਮੈਂ ਤੁਹਾਡੇ ਨਾਲ ਸਹਿਮਤ ਹਾਂ, ਹੁਣ ਪਤਾ ਲੱਗਿਆ ਕਿ ਪੰਜਾਬ ਵਰਗੇ ਸੂਬੇ ਨੂੰ ਜੀ ਇਗਨੋਰ ਕੀਤੇ ਸਰਨਾ ਨਹੀਂ ਜੀ, ਇਹ ਨਹੀਂ ਕਿ ਇੰਨਾ ਕੁ ਸੂਬਾ 13 MP ਆਉਂਦੇ ਇਹਨੂੰ ਇਗਨੋਰ ਕਰ ਦਿਓ ਜੀ, ਇੱਥੇ ਜਜ਼ਬਾ ਕਿੰਨਾ, ਉਬਾਲ ਕਿੰਨਾ, ਵਿਰੋਧ ਦਾ, ਅਰਜੈਂਟਮੈਂਟ ਦਾ ਜੀ ਨਜ਼ਰੀਆ ਕਿੰਨਾ, ਪਹਿਲ ਕਰਨ ਦੀ ਜਿਹੜੀ ਹੈਗੀ ਖਾਹਿਸ਼ ਆ, ਪੂਰੇ ਭਾਰਤ ਦੇ ਵਿੱਚ ਕਿਸਾਨ ਪ੍ਰਭਾਵਿਤ ਜੀ, ਲੇਕਿਨ ਪਹਿਲ ਜਿਹੜੀ ਆ ਉਹ ਪੰਜਾਬ ਕਰਦਾ, ਬਿਲਕੁਲ ਕਰਦਾ, ਇਸ ਗੱਲ ਨੂੰ ਪੂਰੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਮੰਨਦੀਆਂ ਨੇ। ਲੇਕਿਨ ਦੂਸਰੀ ਗੱਲ, ਜਦੋਂ ਤੁਸੀਂ ਵਿਦਵਾਨਾਂ ਦੀ ਗੱਲ ਕਰਦੇ ਹੋ, ਤੁਹਾਨੂੰ ਤੇ ਜਾਣੀ ਪੂਰੀ ਜਾਣਕਾਰੀ ਹੈ, ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਬਕਾ IPS ਅਫੀਸਰ ਜੀ, ਔਰ ਪੰਜਾਬ ਦੇ ਵਿੱਚ ਉਸ ਮਹਿਕਮੇ ਨਾਲ ਜੁੜੇ ਰਹੇ ਜਿਹੜੀ ਜ਼ਮੀਨੀ ਹਕੀਕਤ ਨੂੰ ਜਾਣਦੇ ਨੇ, CID ਵਾਲੇ, ਕਈ ਸਰਕਾਰਾਂ ਉਹਨਾਂ ਨੇ ਖੜੀਆਂ ਕੀਤੀਆਂ, ਕਈ ਡੇਗੀਆਂ, ਜੇ ਉਹਨਾਂ ਦੀ ਵੀ ਸੁਣੀ ਨਹੀਂ ਗਈ ਉੱਤੇ ਜਾ ਕੇ, ਬੁਲਾਰੇ ਨੇ ਭਾਜਪਾ ਦੇ, ਜੇ ਉਹਨਾਂ ਉਹ ਵੀ ਆਪਣਾ ਸੁਝਾਅ, ਆਪਣੀ ਗੱਲ ਪੰਜਾਬ ਦੀ ਮਾਨਸਿਕਤਾ ਨਹੀਂ ਸਮਝਾ ਸਕੇ, ਤਾਂ ਫਿਰ ਤ੍ਰਾਸਦੀ ਕਿਹਦੀ ਮੰਨੋਗੇ, ਮਾੜੀ ਕਿਸਮਤ ਕਿਹਦੀ ਮੰਨੋਗੇ, ਉਹਨਾਂ ਦੀ ਜਾਂ ਉੱਪਰ ਵਾਲਿਆਂ ਦੀ? ਦੇਖੋ, ਇਹ ਲੋਕ ਕਹਿੰਦੇ ਆ ਕਿ ਅਕਸਰ ਜਦੋਂ ਸੱਤਾ ਆਉਂਦੀ ਹੈ ਜੀ ਬੰਦਾ ਥੱਲੇ ਘੱਟ ਵੇਖ ਪਾਉਂਦਾ, ਬਿਲਕੁਲ, ਔਰ ਥੱਲੇ ਵਾਲੇ ਤਾਂ ਉਹਨੂੰ ਵੇਖਦੇ ਰਹਿੰਦੇ। ਹਾਂ, ਸਹੀ ਗੱਲ, ਇਵੇਂ ਪੰਜਾਬ ਵਾਲਿਆਂ ਨਾਲ ਹੋਇਆ, ਪੰਜਾਬ ਦੀ ਲੀਡਰਸ਼ਿਪ ਤਾਂ ਉਹਨੂੰ ਵੇਖਦੀ ਰਹੀ ਜੀ, ਉੱਪਰ ਵਾਲੇ ਥੱਲੇ ਨਹੀਂ ਵੇਖਦੇ ਰਹੇ, ਲੇਕਿਨ ਹੁਣ ਕੀ ਹੋਇਆ ਕਿ ਥੱਲੜਲੇ ਬੰਨੇ ਪੈਰਾਂ ਦੇ ਵਿੱਚ ਬਹੁਤ ਮੁਸ਼ਕਲ ਆ ਗਈ ਜੀ, ਹੁਣ ਥੱਲੇ ਵੇਖਣਾ ਪਿਆ ਜੀ, ਪਤਾ ਇਹ ਲੱਗਿਆ ਕਿ ਪੈਰਾਂ ਨੂੰ ਸੰਗਲ ਪੈ ਗਏ, ਸੰਗਲ
ਬੇੜੀਆਂ ਜਿਹਨਾਂ ਨੂੰ ਕਹਿੰਦੇ ਹਾਂ ਹਾਂ ਉਹਨਾਂ ਨੂੰ ਕੱਟਣਾ ਔਖਾ ਹੁੰਦਾ। ਤੁਹਾਡੀ ਗੱਲ ਨਾਲ ਮੈਂ ਸਹਿਮਤ ਹੋਣ ਲੱਗਾ। ਜਦੋਂ ਕੱਲ੍ਹ ਪ੍ਰਧਾਨ ਮੰਤਰੀ ਮੁਲਕ ਦੇ ਵਿੱਚ ਉਹਨਾਂ ਵਿਗਿਆਨੀਆਂ ਨੂੰ ਮਿਲ ਰਹੇ ਸੀ ਜਿਹੜੇ ਕਰੋਨਾ ਦਾ ਦਵਾਈ ਤਿਆਰ ਕਰ ਰਹੇ ਆ, ਅਤੇ ਇੱਕ ਅਖਬਾਰ ਨੇ ਬਹੁਤ ਵੱਡੀ ਟਿੱਪਣੀ ਕੀਤੀ, ਕਰੋਨਾ ਨੂੰ ਭਰੋਸੇ ਦਾ ਟੀਕਾ। ਅੱਛਾ, ਕਰੋਨਾ ਦੀ ਭਰੋਸੇਯੋਗਤਾ ਜਿਹੜੀ ਆ ਉਹ ਵੀ ਕਹਿੰਦੇ ਜ਼ਰੂਰੀ ਆ, ਕਰੋਨਾ ਦੀ ਭਰੋਸੇਯੋਗਤਾ ਨੂੰ, ਕਰੋਨਾ ਨੂੰ ਭਰੋਸੇਯੋਗਤਾ ਦਾ ਟੀਕਾ, ਵੀ ਇਹ ਨਾ ਹੋਵੇ ਕਿਤੇ ਕਰੋਨਾ ਦਾ ਟੀਕਾ ਹੀ ਫੇਲ ਹੋ ਜਾਵੇ ਅਤੇ ਸਹੀ ਫਿਰ ਥੱਲੇ ਡਿੱਗ ਪਈਏ। ਬਿਲਕੁਲ ਠੀਕ, ਇੱਥੋਂ ਤੱਕ ਲੋਕ ਜਿਹਨੂੰ ਖੁੱਲ੍ਹੇ ਦਿਮਾਗ ਨਾਲ ਸੋਚਦੇ ਪਏ ਨੇ, ਤੁਸੀਂ ਇਹ ਦੇਖੋ ਕਿ ਉਹਨਾਂ ਦਾ ਨਜ਼ਰੀਆ ਕਿੱਥੋਂ ਤੱਕ ਜਾ ਰਿਹਾ ਤੁਹਾਡੇ ਤੱਕ। ਨਹੀਂ ਦੇਖੋ, ਟਿੱਪਣੀਆਂ ਤਾਂ ਬੜੀਆਂ ਵੱਖਰੀਆਂ ਵੱਖਰੀਆਂ ਆ ਰਹੀਆਂ ਨੇ, ਅਸੀਂ ਅੱਗੇ ਵੀ ਗੱਲ ਕਰਦੇ ਰਹੇ ਹਾਂ ਕਿ ਇਹ ਜਿਹੜੀਆਂ ਮੂਵਮੈਂਟਸ ਨੇ ਇਹਨਾਂ ਦਾ ਇਤਿਹਾਸ ਲੱਭ ਲੱਭ ਕੇ ਲੋਕ ਫੜਾ ਰਹੇ ਆ। ਮੈਂ ਅਸੀਂ ਵੀ ਇਸ ਮੰਚ ਤੋਂ ਕੱਲ੍ਹ ਗੱਲ ਕਰਾਂਗੇ ਕਿ ਕਿਵੇਂ ਵੱਖ ਵੱਖ ਮੌਕਿਆਂ 'ਤੇ ਪੰਜਾਬ ਦਿੱਲੀ 'ਤੇ ਚੜਿਆ। ਬਿਲਕੁਲ ਸਹੀ ਗੱਲ, ਕਦੋਂ ਸਹੀ ਗੱਲ, ਲੇਕਿਨ ਇਹ ਸਭ ਤੋਂ ਵੱਡੀ ਲਹਿਰ ਖਾਸ ਕਰਕੇ ਆਜ਼ਾਦੀ ਤੋਂ ਬਾਅਦ ਦੀ ਜੀ, ਜਿਸ ਤਰ੍ਹਾਂ ਲੋਕ ਟਰਾਲੀਆਂ 'ਚ ਭਰ ਭਰ ਗਏ, ਮਾਫ਼ ਕਰਨਾ ਸਾਡੇ ਪੁਰਖੇ ਦੱਸਦੇ ਰਹੇ, ਬਜ਼ੁਰਗ ਦੱਸਦੇ ਰਹੇ ਕਿ ਜਦੋਂ ਪਾਕਿਸਤਾਨ ਦੀ ਵੰਡ ਹੋਈ ਸੀ ਅਤੇ ਲੋਕ ਗੱਡਿਆਂ 'ਤੇ ਲੱਦ ਕੇ ਆਏ ਸੀ, ਕਿਵੇਂ ਆਏ, ਆਪਣਾ ਸਮਾਨ ਲੱਦ ਕੇ ਆਏ ਸੀ, ਔਰ ਉਸ ਵੇਲੇ ਵੀ ਰਾਹ ਦੇ ਵਿੱਚ ਸੁਰੱਖਿਆ ਨਹੀਂ ਸੀ, ਕੋਈ ਪਤਾ ਨਹੀਂ ਸੀ ਕਿੱਧਰੋਂ ਕੋਈ ਹਮਲਾਵਰ ਪੈ ਜਾਵੇ ਅਤੇ ਵੱਢ ਟੁੱਕ ਕਰਕੇ ਸਮਾਨ ਲੁੱਟ ਲਵੇ ਅਤੇ ਕੋਈ ਇੱਕ ਅੱਧਾ ਜੀ ਜਿਹੜਾ ਬਚ ਜਾਵੇ। ਇਹੋ ਹੀ ਹਾਲਾਤ ਹੁਣ ਵੇਖਣ ਨੂੰ ਮਿਲੇ। ਨਹੀਂ 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 ਸਰਦਾਰ ਜੀ, ਉਹ ਦੇਖੋ ਉਦੋਂ ਤਾਂ ਬਹੁਤ ਅਨਿਸ਼ਚਿਤਤਾ ਸੀ, ਉਦੋਂ ਲੁਟੇਰੇ ਵੀ ਬੜੇ ਸੀ, ਰਾਮਾਂ ਦੇ ਵਿੱਚ ਡਰ ਵੀ ਬੜੇ ਸੀ, ਗੰਡਾਸਿਆਂ ਕਿਰਪਾਨਾਂ ਵਾਲੇ ਬੜੇ ਸੀ, ਸਾਡਿਆਂ ਵੀ ਘੱਟ ਨਹੀਂ ਕੀਤੀ ਤੇ ਪਾਕਿਸਤਾਨੀਆਂ ਵੀ ਘੱਟ ਨਹੀਂ ਕੀਤੀ, ਲੇਕਿਨ ਅੱਜ ਇੱਕ ਅੱਜ ਆਪਣਿਆਂ ਨੇ ਰਾਹ 'ਚ ਨਹੀਂ ਦੇਖੋ ਲਾਏ ਸੀਗੇ ਸਰਦਾਰ ਸਾਹਿਬ। ਮੈਂ ਸੋਚਦਾ ਕਿ ਇਤਿਹਾਸ ਵਿੱਚ ਏਡੀ ਵੱਡੀ ਗਲਤੀ ਸਿਰਫ ਖੱਟੜ ਸਰਕਾਰ ਕਰ ਗਈ। ਬਿਲਕੁਲ, ਔਰ ਉੱਥੋਂ ਕੰਡਿਆਲੀ ਤਾਰ ਜਿਹੜੀ ਤਾਰ ਜਿਹੜੀ ਹੈ ਯੂਪੀ ਦੇ ਵਿੱਚ ਕਿਸਾਨਾਂ ਨੂੰ ਕਿਹਾ ਜਾਂਦਾ ਖੇਤ ਦੇ ਦੁਆਲੇ ਨਾ ਲਾਓ, ਕਿ ਜਿਹੜੇ ਜਾਨਵਰ ਜੰਗਲੀ ਜਾਨਵਰ ਆਉਂਦੇ ਨੇ ਉਹਨਾਂ ਨੂੰ ਤਕਲੀਫ ਹੁੰਦੀ ਹੈ, ਨੁਕਸਾਨ ਹੁੰਦਾ, ਜ਼ਖਮੀ ਹੋ ਜਾਂਦੇ ਨੇ, ਉਹੀ ਕੰਡਿਆਲੀ ਤਾਰ ਤੁਸੀਂ ਬਾਰਡਰ ਤੇ ਸੜਕ ਪੁੱਟ ਕੇ ਲਾ ਰਹੇ ਹੋ। ਮਤਲਬ ਤੁਹਾਡਾ ਕਹਿਣ ਦਾ ਹੈ ਕਿ ਜਿਹੜੇ ਪਸ਼ੂਆਂ ਲਈ ਜਾਨਵਰਾਂ ਲਈ ਮਨੁੱਖੀ ਅਧਿਕਾਰ ਨੇ, ਜਿਹੜੇ ਉਹਨਾਂ ਦੇ ਅਧਿਕਾਰ, ਮਨੁੱਖੀ ਕਹਿ ਰਿਹਾ ਤੇ ਮਨੁੱਖ ਲਈ ਉਹ ਅਧਿਕਾਰ ਹੈ ਨਹੀਂ, ਮਨੁੱਖ ਲਈ ਅਧਿਕਾਰ ਕਰ, ਲੇਕਿਨ ਸਰਦਾਰ ਸਾਹਿਬ ਸ਼ਾਇਦ ਮਨੋਹਰ ਲਾਲ ਖੱਟੜ ਕੱਲਿਆਂ ਬਹਿ ਕੇ ਸੋਚਦੇ ਹੋਣਗੇ ਕਿ ਮੈਂ ਆਪਣੇ ਇੱਥੇ ਮੈਂ ਤੁਹਾਡੇ ਨਾਲ ਸਹਿਮਤ, ਮੈਂ ਆਪਣੇ ਪੈਰੀ ਘੁਆੜਾ ਵਾ। ਅੱਛਾ, ਜਦੋਂ ਆਨੰਦ ਫਾਨਣ ਚ ਉਹ ਅਮਿਤ ਸ਼ਾਹ ਨੂੰ ਮਿਲਦੇ ਆ ਤੇ ਇਹੀ ਗਲਾ ਕੀਤਾ ਹੋਊਗਾ ਕਿ ਮੈਂ ਕੀ ਵਿਗਾੜਿਆ ਸੀ, ਮੇਰੇ ਕੋਲੋਂ ਗਲਤੀ ਕਿਉਂ ਕਰਵਾਤੀ ਗਈ। ਗੱਲ ਇਹ ਆ ਕਿ ਉਹ ਵੀ ਹਰਿਆਣੇ ਦੇ ਜਾਟ ਨੇ, ਬਖਸ਼ਦੇ ਉਹ ਵੀ ਨੀ, ਅਜੇ ਸਾਡੇ ਵਾਲੇ ਥੋੜੇ ਰਹਿਮ ਦਿਲ ਨੇ, ਲੇਕਿਨ ਹਰਿਆਣੇ ਦੇ ਜਾਟਾਂ ਬਾਰੇ ਵੀ ਜਿਹਦੇ ਖਿਲਾਫ ਹੋ ਜਾਣ। ਅੱਛਾ, ਇੱਕ ਹੋਰ ਕਰਦਾਰ ਚੁਟਾਲਿਆਂ ਦਾ ਮੁੰਡਾ, ਹਾਂ, ਜਿੰਨੀ ਬਦਤਰ ਹਾਲਤ ਉਸ ਬੰਦੇ ਦੀ ਹੋਊਗੀ ਜੀ ਜਿਹੜੇ ਕਿਸਾਨੀ ਦੇ ਸਿਰ ਤੇ ਪਲੇ ਤੇ ਵਧੇ ਫੁੱਲੇ, ਬਿਲਕੁਲ, ਅੱਜ ਉਹ ਮੂੰਹ ਛਪਾਉਂਦੇ ਫਿਰਦੇ, ਬਹੁਤ ਇਤਿਹਾਸ ਵੱਖ ਵੱਖ ਉਹਨਾਂ, ਅਸਲ ਚ ਇੱਕ ਪਰਿਵਾਰ ਦੇ ਜੀਆਂ ਦੇ ਸਾਰਿਆਂ ਦੀ ਹਾਲਤ ਇਹ ਹੋਈ ਆ, ਉਧਰ ਤਾਇਆ ਜੀ ਦੀ ਹਾਲਤ ਆ ਤੇ ਉਧਰ ਚਾਚਾ ਜੀ ਦੀ ਹਾਲਤ ਆ। ਚਾਚਾ ਜੀ ਬੋਲ ਨਹੀਂ ਸਕੇ, ਅਮਰਿੰਦਰ ਸਿੰਘ ਨੂੰ ਉਹਨਾਂ ਨੇ ਲਿਆ ਸੀ ਆਪਣੇ ਨਿਸ਼ਾਨੇ ਤੇ, ਤੇ ਉਸ ਤੋਂ ਬਾਅਦ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ ਬੋਲਣਾ ਬਣਦਾ। ਬਿਲਕੁਲ, ਇੱਕ ਚੀਜ਼ ਜ਼ਰੂਰ ਹੈ ਕਿ ਇਹ ਜਿਹੜੀ ਕਿਸਾਨੀ ਲਹਿਰ ਹੈ ਇਹਨ ਬਹੁਤ ਸਾਰੇ ਗੂੰਗੇ ਬੋਲਿਆਂ ਦੀ ਪਹਿਚਾਣ ਕੀਤੀ ਹੈ ਔਰ ਬਹੁਤ ਸਾਰੇ ਐਸੇ ਲੋਕਾਂ ਦੀ ਪਹਿਚਾਣ ਕਰਤੀ ਹੈ ਜਿਹਨਾਂ ਨੂੰ ਤੁਸੀਂ ਗੂੰਗੇ ਬੋਲੇ ਤੇ ਮੂਰਖ ਕਹਿ ਕੇ ਨਕਾਰ ਕੇ ਸੁੱਟ ਦਿੱਤਾ ਸੀ, ਉਹ ਕਿਸਾਨਾਂ ਦੇ ਹੱਕ ਦੇ ਇਸ ਲਹਿਰ ਦੇ ਹੱਕ 'ਚ ਬੋਲ ਰਹੇ ਨੇ। ਮੈਨੂੰ ਬੜਾ ਆਨੰਦ ਆਉਂਦਾ ਇੰਨੀ ਦਿਨੀ, ਕਿਉਂਕਿ ਇਹ ਇੱਕ ਸਿਲਸਿਲਾ ਬਣਿਆ ਗੱਲਬਾਤ ਦਾ, ਭਾਵੇਂ ਅਸੀਂ ਇਹਨੂੰ ਮੰਚ 'ਤੇ ਇਹਨੂੰ ਨਹੀਂ ਲਿਆ ਰਹੇ, ਲੇਕਿਨ ਬਹੁਤ ਸਾਰੇ ਵੱਡੇ ਲੋਕ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿਦਵਾਨ ਨੇ ਜਿਹਨਾਂ ਨਾਲ ਸਾਡਾ ਸੰਪਰਕ ਬਣਿਆ ਰਹਿੰਦਾ ਜੀ। ਅੱਛਾ, ਇੱਕ ਸਵਾਲ ਜਿਹੜਾ ਵਾਰ ਵਾਰ ਸਾਹਮਣੇ ਆਉਂਦਾ ਵੀ ਹੁਣ ਅਗਾਂਹ ਕੀ, ਅੱਗੇ ਕੀ, ਹੋਰ ਕੀ ਹੋ ਜੀ, ਕੀ ਇਹ ਜਿਹੜੀ ਮੂਵਮੈਂਟ ਆ ਇਹਦੇ ਤੋਂ ਬਾਅਦ ਪੰਜਾਬ ਦਾ ਹਾਲਾਤ ਬਦਲ, ਇੱਥੋਂ ਦੇ ਲੋਕ ਜਿਹੜੇ ਆ ਉਹ ਫਿਰ ਉਹਨਾਂ ਪਾ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ, ਹਰੇਕ ਬੰਦਾ ਭਰੋਸੇ ਨਾਲ ਵਿਸ਼ਵਾਸ ਨਾਲ ਕੋਈ ਗੱਲ ਕਹਿਣ ਦੀ ਸਥਿਤੀ 'ਚ ਨਹੀਂ ਜੀ ਕਿ 2022 'ਚ ਕੀ ਹੋਊਗਾ, ਹਾਂ, ਕਿਹੜੀ ਪਾਰਟੀ ਅੱਗੇ ਆਊਗੀ, ਨਵੀਂ ਧਿਰ ਆਊਗੀ, ਨਵਾਂ ਚਿਹਰਾ ਆਊਗਾ। ਅੱਜ ਤੱਕ ਸਭ ਆਪਣੇ ਆਪਣੇ ਕਿਆਸ ਲਾ ਰਹੇ ਆ, ਲੇਕਿਨ ਸਿਤਮ ਦੀ ਗੱਲ ਇਹ ਆ ਕਿ ਅਜੇ ਤੱਕ ਸਰਬ ਪ੍ਰਵਾਨਤ ਕੋਈ ਆਗੂ ਸਰੂਪ ਨਹੀਂ ਲੈ ਸਕਿਆ, ਸਰਬ ਪ੍ਰਵਾਨਤ ਚਿਹਰਾ ਅੱਗੇ ਨਹੀਂ ਵੱਧ ਸਕਿਆ। ਮੈਂ ਅੱਜ ਇੱਕ ਇਹ ਦੁਬਦਾ ਦਵੰਦ ਲਗਾਤਾਰ ਜਾਰੀ, ਮੈਂ ਇੱਕ ਸਿਆਸੀ ਆਗੂ ਨਾਲ ਗੱਲ ਕਰ ਰਿਹਾ ਸਾਂ, ਕਾਫੀ ਸੁਲਝਿਆ ਹੋਇਆ ਇਨਸਾਨ ਆ, ਬਹੁਤਾ ਹੈ ਧਾਕੜ ਲੇਕਿਨ ਸੁਲਝਿਆ ਹੋਇਆ। ਮੈਂ ਕਿਹਾ ਜੀ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਕਹਿੰਦੇ ਜੀ ਦੇਖੋ ਇਹ ਲਹਿਰ ਜਿਹੜੀ ਆ
ਇਹਦੇ ਜਿਹੜੇ ਜ਼ਖਮ ਨੇ ਉਹ ਐਡੀ ਜਲਦੀ ਭਰਨੇ ਨਹੀਂ ਹੈ ਜੇ ਤੁਸੀਂ ਸਮਾਂ ਰਹਿੰਦਿਆਂ ਇਲਾਜ ਨਾ ਕੀਤਾ ਜੀ। ਮੈਂ ਜੀ ਕੋਈ ਉਦਾਹਰਣ ਦੇ ਦਿਓ, ਕਹਿੰਦੇ ਕਿ ਜਦੋਂ 2015 'ਚ ਬੇਅਦਬੀ ਦੇ ਜ਼ਖਮ ਆਏ ਸੀ ਜੀ ਅਤੇ ਹਾਕਮਾਂ ਨੇ ਸੋਚਿਆ ਸੀ ਫਿਰ ਕੀ ਹੋ ਗਿਆ, ਇਹਨਾਂ ਭੁੱਲ ਜਾਣਾ ਅਖੀਰਲੇ 6 ਮਹੀਨਿਆਂ 'ਚ। ਕਹਿੰਦੇ ਅਖੀਰ ਉਹ ਸੱਤਾ ਪਲਟ ਗਈ 2017 'ਚ ਜੋ ਵਾਪਰਿਆ ਤੁਸੀਂ ਵੇਖਿਆ ਪਲਟ ਗਿਆ, ਕਹਿੰਦੇ ਜੋ ਕੁਛ ਹੋਇਆ ਤੁਸੀਂ ਦੇਖਿਆ। ਕਹਿੰਦੇ ਹੁਣ ਮਤ ਕੋਈ ਇਹ ਸੋਚੇ ਕਿ ਆਹ ਬਸ ਗੱਲ ਨਿਬੜੀ ਅਤੇ ਬਾਕੀ ਠੀਕ ਹੋ ਜਾਣਾ, ਕਹਿੰਦੇ ਇਹਦੇ ਜ਼ਖਮਾਂ ਦਾ ਲੇਖਾ ਦੇਣਾ ਜ਼ਰੂਰ ਪਏਗਾ। ਆਪਣਾ ਸਮਾਂ ਅੱਧੇ ਘੰਟੇ ਦਾ ਹੋ ਗਿਆ ਜੀ, ਦੋਸਤਾਂ ਤੋਂ ਮਾਫ਼ੀ ਮੰਗ ਲਈਏ। ਬਿਲਕੁਲ, ਅਸੀਂ ਕੁਛ ਹੋਰ ਜਾਣਕਾਰੀਆਂ ਨਾਲ ਕੋਈ ਹੋਰ ਅਨੈਲਿਸਿਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਾਡੀ ਗੈਰ ਹਾਜ਼ਰੀ ਨੂੰ ਸਾਡੀ ਗੈਰ ਹਾਜ਼ਰੀ ਨਾ ਮੰਨਿਓ, ਸਾਡਾ ਇਹ ਜਿਹੜਾ ਮੰਥਨ ਉਵੇਂ ਹੀ ਚੱਲਦਾ ਜਿਵੇਂ ਤੁਹਾਡੇ ਮਨ ਮਸਤਕ 'ਚ ਚੱਲਦਾ। ਬਹੁਤ ਮਿਹਰਬਾਨੀ।